ਸੈਕ ਵਿਊ ਪੁਆਇੰਟ ਚੈਨਲ ਦੇਖ ਰਹੀ ਸੰਗਤ ਦਾ ਨਿੱਗਾ ਸਵਾਗਤ ਹੈ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਮਸਲੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਉਹ ਮਸਲਾ ਹੈ ਕਿ ਪਿਛਲੇ ਦਿਨੀ ਹੋਲੇ ਮਹੱਲੇ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਜੈਨਨੀ ਹਰਪ੍ਰੀਤ ਸਿੰਘ ਜੀ ਨੇ ਜੋ ਉੱਥੇ ਭਾਸ਼ਣ ਦਿੱਤਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਉਹ ਭਾਸ਼ਣ ਇੱਕ ਹਸਾਬ ਨਾਲ ਜਿਹੜਾ ਕੌਮ ਦੇ ਨਾਸ ਸੰਦੇਸ਼ ਹੀ ਸੀ ਉਸ ਬਾਰੇ ਕੁਝ ਗੱਲਾਂ ਕਰਨੀਆਂ ਕਿਉਂਕਿ ਉਸ ਸੰਦੇਸ਼ ਦੇ ਵਿੱਚ ਜਾਂ ਉਸ ਭਾਸ਼ਣ ਦੇ ਵਿੱਚ ਜਥੇਦਾਰ ਜੀ ਨੇ ਬਹੁਤ ਹੀ ਬੁਨਿਆਦੀ ਸਵਾਲ ਨੂੰ ਹੱਥ ਪਾਇਆ ਤੇ ਫਿਰ ਉਹਦੇ ਜਵਾਬ ਵੀ ਦਿੱਤੇ ਨੇ ਬੜੇ ਸਪਸ਼ਟ ਤੇ ਬੇਵਾਕ ਲਹਿਜੇ 'ਚ ਸਵਾਲ ਉਹਨਾਂ ਨੇ ਇਹ ਉਠਾਇਆ ਕਿ ਜਿਹੜੀ ਪੰਥ ਦੀ ਅਜੋਕੀ ਹਾਲਤ ਬਣੀ ਹੋਈ ਹੈ ਉਹਦੇ ਕਾਰਨ ਕੀ ਬਹੁਤ ਬੁਨਿਆਦੀ ਸਵਾਲ ਆ ਇਹ ਵੱਡਾ ਸਵਾਲ ਹੈ ਤੇ ਇਹਨੂੰ ਮੁਖਾਤਬ ਹੋਣ ਦਾ ਉਹਨਾਂ ਨੇ ਆਪਣੇ ਭਾਸ਼ਣ 'ਤੇ ਯਤਨ ਕੀਤਾ ਪੰਥ ਦੀ ਜਿਹੜੀ ਅਜੋਕੀ ਹਾਲਤ ਹੈ ਉਹਦਾ ਜਿਹੜਾ ਉਹਨੂੰ ਪ੍ਰਵਾਹਿਤ ਕਰਨ ਵਾਲਾ ਜਿਹੜਾ ਲੱਛਣ ਹੈ ਉਹ ਜਥੇਦਾਰ ਸਾਹਿਬ ਮੁਤਾਬਕ ਹੋਲੇ ਮਹਲੇ ਮੌਕੇ ਕੁਝ ਨੌਜਵਾਨਾਂ ਵੱਲੋਂ ਕੀਤੀ ਹੁੱਲੜਬਾਜੀ ਸੋ ਉਹ ਹੁੱਲੜਬਾਜੀ ਨੂੰ ਨਾਲ ਜਥੇਦਾਰ ਦਾ ਦਿਲ ਦੁਖਿਆ ਮੇਰਾ ਖਿਆਲ ਕлле ਜਥੇਦਾਰ ਸਾਵਧਾਨੀ ਸਾਰੇ ਸੁਹਿਰਦ ਤੇ ਸੰਵੇਦਨਸ਼ੀਲ ਸਿੱਖਾਂ ਦਾ ਜਿਹੜਾ ਉਹ ਦਿਲ ਦੁਖਿਆ ਵੈਸੇ ਹੁਲੜਵਾਜੀ ਇਹਦਾ ਕੋਈ ਹੋਲੇ ਮੱਲੇ ਨਾਲ ਸੰਬੰਧ ਨਹੀਂ ਇਹ ਕੋਈ ਆਈਸੋਲੇਟਡ ਨਿੱਖੜੀ ਹੋਈ ਘਟਨਾ ਨਹੀਂ ਇਹ ਅਜੋਕੇ ਜੋ ਇੱਕ ਕਲਚਰ ਪੈਦਾ ਹੋ ਗਿਆ ਜਾਂ ਰੁਝਾਨ ਪੈਦਾ ਹੋ ਗਿਆ ਜਾਂ ਜੋ ਹਾਲਤ ਬਣੀ ਹੋਈ ਹੈ ਸਿੱਖ ਉਹਨਾਂ ਸਿੱਖ ਨੌਜਾਨਾ ਦੀ ਜਿਹੜੇ ਗੁਰੂ ਨੂੰ ਨਾਲ ਨਹੀਂ ਜੁੜ ਸਕੇ ਜੇ ਤੱਕ ਗੁਰੂ ਤੋਂ ਦੂਰ ਨਾ ਜਦੋਂ ਵੀ ਕੋਈ ਬੰਦਾ ਗੁਰੂ ਤੋਂ ਦੂਰ ਹੋਊਗਾ ਉਹਦਾ ਮਨ ਕਮਜ਼ੋਰ ਹੋਊ ਤੇ ਉਹ ਬਾਹਰੀ ਜਿਹੜੇ ਪ੍ਰਭਾਵਨ ਸਮੇਂ ਦੇ ਉਸ ਮੌਕੇ ਦੇ ਉਹਨਾਂ ਦਾ ਅਸਰ ਹੋ ਤੇ ਹੋਣਾ ਹੀ ਹੈ ਸੋ ਸਮੇਂ ਦਾ ਜੋ ਵਗ ਰਿਹਾ ਹੈ ਰੁਝਾਨ ਉਹਨਾਂ ਦਾ ਆਪਾਂ ਨੂੰ ਪਤਾ ਹੀ ਹੈ ਕੱਲੇ ਇਹ ਇੱਥੇ ਨਹੀਂ ਕੱਲੇ ਸਿੱਕਾਂ ਦੇ ਨਹੀਂ ਇਹ ਹੁੱਲੜਬਾਜੀ ਇੱਕ ਸੰਸਾਰ ਪੱਦਰ ਤੇ ਇਹਦੇ ਵਿੱਚ ਬੜਾ ਵਾਧਾ ਹੋ ਰਿਹਾ ਜੋ ਕੰਡਕਟ ਹੈ ਲੋਕਾਂ ਦਾ ਆਮ ਕਰਕੇ ਨੌਜਵਾਨਾਂ ਦਾ ਖਾਸ ਕਰਕੇ ਉਹ ਬਹੁਤ ਹੀ ਹੁੱਲੜਬਾਜੀ ਵਾਲਾ ਹੋਇਆ ਪਿਆ ਚਲੋ ਜਥੇਦਾਰ ਸਾਹਿਬ ਦਾ ਇਹਦੇ ਨਾਲ ਮਨ ਡਿਸਟਰਬ ਹੋਇਆ ਜਾਂ ਇਸ ਗੱਲ ਨੇ ਉਹਨਾਂ ਨੂੰ ਉਕਸਾਇਆ ਹੈ ਕਾਫੀ ਗੇਦੇ ਕਰਕੇ ਉਹਨਾਂ ਨੇ ਫਿਰ ਕੁਝ ਬੜੀਆਂ ਸਿੱਧੀਆਂ ਗੱਲਾਂ ਕੀਤੀਆਂ ਹੁਣ ਆਪਾਂ ਉਹ ਦੇਖੀਏ ਵੀ ਜੋ ਉਹਨਾਂ ਨੇ ਗੱਲਾਂ ਕੀਤੀਆਂ ਜਿਹੜਾ ਪਹਿਲਾ ਵੱਡਾ ਸਵਾਲ ਉਠਾਤਾ ਤੇ ਇਹ ਜਿਹੜੀ ਹੁੱਲੜਬਾਜੀ ਹੋ ਰਹੀ ਹੈ ਇਹ ਕਿਹੜੀਆਂ ਗੱਲਾਂ ਦਾ ਨਤੀਜਾ ਹੈ ਕਿਉਂ ਹੋ ਰਹੀ ਹੈ ਇਹਦੇ ਕਾਰਨ ਕੀ ਤੇ ਫਿਰ ਇਹਦਾ ਉਹਨਾਂ ਨੇ ਜਵਾਬ ਵੀ ਦਿੱਤਾ ਕਿ ਇਹ ਕਿਹੜੀ ਗੱਲ ਦਾ ਨਤੀਜਾ ਇਹ ਹੁੱਲੜਬਾਜੀ ਜੋਬ ਉਹਨਾਂ ਨੇ ਦਿੱਤਾ ਕਿ ਪਿਛਲੇ 20 ਸਾਲਾਂ ਤੋਂ ਸਿੱਖ ਸੰਸਥਾਵਾਂ ਦੇ ਵਿਰੁੱਧ ਕੁਝ ਲੋਕਾਂ ਵੱਲੋਂ ਜਿਹੜਾ ਕੂੜ ਪ੍ਰਚਾਰ ਹੋ ਰਿਹਾ ਹੈ ਇਹ ਉਹਦਾ ਨਤੀਜਾ ਹੈ ਉਹ ਕੂੜ ਪ੍ਰਚਾਰ ਜਿਹੜਾ ਹੈ ਉਹਦੇ ਨਾਲ ਜਿਹੜੀਆਂ ਸਿੱਖ ਸੰਸਥਾਵਾਂ ਉਹਨਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਤੇ ਉਹ ਕਮਜ਼ੋਰ ਹੋ ਗਈਆਂ ਇਹ ਉਹਨਾਂ ਨੇ ਵੱਡੇ ਸਵਾਲ ਦਾ ਆਪ ਦੇ ਵੱਲੋਂ ਇੱਕ ਜਵਾਬ ਦਿੱਤਾ ਆਮ ਜੀ ਨਜ਼ਰ ਨਾਲ ਆਪਾਂ ਦੇਖੀ ਇਸ ਤਹੀ ਜੀ ਨਜ਼ਰ ਨਾਲ ਤਾਂ ਇਹ ਗੱਲ ਕਈਆਂ ਨੂੰ ਸਹੀ ਲੱਗ ਸਕਦੀ ਹੈ ਪਰ ਆਪਾਂ ਦੇਖਦੇ ਹਾਂ ਇਹ ਕਿੰਨੀ ਕੁ ਠੀਕ ਹੈ ਤੇ ਕਿੰਨੀ ਕੁ ਗਲਤ ਹੈ ਇੱਕ ਤਾਂ ਇਹ ਇੱਕ ਜਿਹੜਾ ਕੂੜ ਪ੍ਰਚਾਰ ਕਰਕੇ ਸੰਸਥਾਵਾਂ ਕਮਜ਼ੋਰ ਹੋ ਗਈਆਂ ਜਾਂ ਉਹਨਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਮੇਰੇ ਮੁਤਾਬਕ ਇਹਦੇ ਚ ਇੱਕ ਵੱਡੀ ਸਿਧਾਂਤਕ ਔਕਾਈ ਜਾਂ ਗਲਤੀ ਹੈ ਕਿ ਕੱਲੇ ਕੂੜ ਪ੍ਰਚਾਰ ਕਰਕੇ ਸੰਸਥਾਵਾਂ ਦੀ ਭਰੋਸੇਯੋਗਤਾ ਖਤਮ ਨਹੀਂ ਹੁੰਦੀ ਇਹ ਕੂੜ ਪ੍ਰਚਾਰ ਹੁਣ ਨਹੀਂ ਸ਼ੁਰੂ ਹੋਇਆ ਇਤਿਹਾਸ ਪੜ ਲਓ ਇਹ ਲਗਾਤਾਰ ਚੱਲਦਾ ਆ ਰਿਹਾ ਹੁਣ ਸੋਸ਼ਲ ਮੀਡੀਆ ਕਰਕੇ ਨਾ ਉਹ ਕੰਨਾਂ ਨੂੰ ਤੇ ਅੱਖਾਂ ਨੂੰ ਲੜਕਣ ਵੱਧ ਲੱਗ ਗਿਆ ਜਿਆ ਉਹ ਅਸਰਦਾਰ ਵੱਧ ਹੋਣ ਲੱਗ ਗਿਆ ਜੇ ਕੂੜ ਪ੍ਰਚਾਰ ਕਰਕੇ ਸੰਸਥਾਵਾਂ ਦੀ ਭਰੋਸੇਯੋਗਤਾ ਖਤਮ ਹੋਣੀ ਹੁੰਦੀ ਤਾਂ ਦੁਨੀਆ ਦੀ ਕੋਈ ਵੀ ਸੰਸਥਾ ਸਹੀ ਸਲਾਮਤ ਨਹੀਂ ਸੀ ਰਹਿ ਸਕਦੀ ਇਹ ਤੋਂ ਬਚ ਨਹੀਂ ਸਕਦੀ ਸੀ ਕਿਉਂਕਿ ਜਿਹੜਾ ਕੂੜ ਪ੍ਰਚਾਰ ਹੈ ਉਹ ਇੱਕ ਬਾਹਰੀ ਫੈਕਟਰ ਹੈ ਤੇ ਬਾਹਰੀ ਫੈਕਟਰ ਉਹਨਾਂ ਚਿਰ ਅਸਰਦਾਰ ਨਹੀਂ ਹੋ ਸਕਦਾ ਜਿੰਨਾ ਚਿਰ ਕੋਈ ਅੰਦਰੂਨੀ ਕਾਰਨ ਜਾਂ ਕਮਜ਼ੋਰੀ ਨਾ ਹੋਵੇ ਕੋਈ ਵੀ ਚੀਜ਼ ਹੈ ਜੇ ਉਹਦੇ ਚ ਅੰਦਰ ਕਮਜ਼ੋਰੀ ਨਹੀਂ ਤਾਂ ਜਿਹੜੇ ਬਾਹਰੀ ਤੱਤ ਹੈ ਉਹ ਉਸ ਨੂੰ ਕਮਜ਼ੋਰ ਨਹੀਂ ਕਰ ਸਕਦੇ ਜੇ ਬੰਦੇ ਦੇ ਸਰੀਰ ਨੂੰ ਕੋਈ ਬਿਮਾਰੀ ਲੱਗਦੀ ਹੈ ਇਹ ਆਪਾਂ ਨੂੰ ਹੁਣ ਆਮ ਜੀਅ ਤਾਂ ਗੱਲ ਦਾ ਪਤਾ ਲੱਗ ਗਿਆ ਨਾ ਕਿ ਅੰਦਰੋਂ ਜਿਹੜੀ ਬਿਮਾਰੀ ਦੇ ਨਾਲ ਲੜਨ ਦੀ ਸਮਰੱਥਾ ਜਿਹਨੂੰ ਅਸੀਂ ਇਮਿਊਨਿਟੀ ਕਹਿੰਦੇ ਆ ਜਦੋਂ ਉਹ ਖਤਮ ਹੋ ਜੇ ਬੰਦੇ ਦੀ ਤੇ ਫੇਰ ਤਾਂ ਉਹ ਕੋਈ ਵੀ ਮਤਲਬ ਕੋਈ ਬੈਕਟੀਰੀਆ ਹੈ ਕੋਈ ਵਾਇਰਸ ਹੈ ਉਹਨੇ ਉਹਨੂੰ ਚੰਬੜਨਾ ਹੈ ਚੰਬੜਨਾ ਹੈ ਜੇ ਇਮਿਊਨਿਟੀ ਹੈ ਅੰਦਰੋਂ ਸਿਸਟਮ ਤਕੜਾ ਹੈ ਤੁਹਾਡਾ ਡਿਫੈਂਸ ਸਿਸਟਮ ਫਿਰ ਜੋ ਮਰਜ਼ੀ ਹੋਈ ਜਾਵੇ ਉਹ ਬਿਮਾਰੀ ਤੁਹਾਨੂੰ ਨਹੀਂ ਲੱਗ ਸਕਦੀ ਸੋ ਇਹ ਇੱਕ ਵੱਡੀ ਉਕਾਈ ਕਿ ਬਾਹਰੀ ਤੱਤਾਂ ਤੇ ਸਾਰਾ ਦੋਸ਼ ਦੇ ਦੇਣਾ ਤੇ ਅੰਦਰੂਨੀ ਜੋ ਕਮਜ਼ੋਰੀਆਂ ਸੰਸਥਾਵਾਂ ਚਾਈਆਂ ਉਹਦੇ ਵੱਲ ਨਾ ਜਾਣਾ ਕਮਜ਼ੋਰੀਆਂ ਅੰਦਰੂਨੀ ਐ ਤੇ ਦੋਸ਼ ਬਾਹਰੀ ਤੱਤਾਂ ਨੂੰ ਦਿੱਤਾ ਜਾ ਰਿਹਾ ਹੈ ਮੇਰੇ ਮੁਤਾਬਕ ਇਹ ਇੱਕ ਵੱਡੀ ਸਿਧਾਂਤਕ ਗੜਬੜ ਜਥੇਦਾਰ ਸਾਫ ਤੋਂ ਹੋਈ ਐ ਜਾਂ ਉਹਨਾਂ ਨੇ ਕੀਤੀ ਐ ਹੁਣ ਇਹਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਇਹ ਵਰਤਾਰਾ ਜਿਹੜਾ ਕੂੜ ਪ੍ਰਚਾਰ ਦਾ ਪਿਛਲੇ 20 ਸਾਲਾਂ ਤੋਂ ਇਹ ਜਿਹੜਾ ਪਿਛਲੇ 20 ਸਾਲਾਂ ਦੀ ਗੱਲ ਐ ਨਾ ਇਹਨੂੰ ਅੰਡਰਲਾਈਨ ਕਰੋ ਜਰਾ ਇਹਦੇ ਚੀ ਬਹੁਤ ਕੁਸ਼ੂ ਪਿਆ ਪਿਆ ਹੈ ਇਹ ਜਿਹੜਾ ਉਹਨਾਂ ਨੇ ਟਾਈਮ ਫਰੇਮ ਜਾਂ ਦਿੱਤਾ ਹੈ ਨਾ 20 ਸਾਲਾਂ ਤੋਂ ਹੁਣ ਆਪਾਂ ਉਹਦੇ ਬਾਰੇ ਜਾਣਨੇ ਆ ਕਿ 20 ਸਾਲਾਂ ਤੋਂ ਫਰਕ ਕੀ ਪੈ ਗਿਆ ਪੰਥ ਦੀਆਂ ਸੰਸਥਾਵਾਂ ਦਾ ਇਹ 20 ਸਾਲਾਂ ਤੋਂ ਇਹਨਾਂ ਸੰਸਥਾਵਾਂ ਉੱਤੇ ਜਿਹਨੂੰ ਅਸੀਂ ਬਾਦਲ ਕੇ ਕਹਿੰਦੇ ਆ ਉਹਨਾਂ ਦਾ ਮੁਕੰਮਲ ਗਲਬਾ ਹੈ ਮੁਕੰਮਲ ਤੇ 20 ਸਾਲਾਂ ਤੋਂ ਹੀ ਹੈ ਕਿਉਂਕਿ 1992 ਚ ਖਾਲਸਾ ਪੰਥ ਦਾ 300 ਸਾਲਾ ਸਥਾਪਨਾ ਦਿਵਸ ਆਇਆ ਸੀ ਸਾਡੇ ਜੀਵਨ ਚ ਜਿਹੜੇ ਇਹ ਪੀੜ੍ਹੀ ਹੈ ਉਹਨਾਂ ਦੇ ਜੀਵਨ ਦਾ ਇਹ ਸਭ ਤੋਂ ਮਹੱਤਵਪੂਰਨ ਮੌਕਾ ਸੀ ਕਿਉਂਕਿ ਸ਼ਤਾਬ ਦੀ ਇੱਕ ਵਾਰ ਹੀ ਆਉਂਦੀ ਹੈ ਇੱਕ ਬੰਦੇ ਦੇ ਜੀਵਨ ਚ ਉਹ ਜਿਹੜੀ ਸ਼ਤਾਬਦੀ ਸੀ 300 ਸਾਲਾ ਸਤਿਪਨਾ ਦਿਵਸ ਉਸ ਨੂੰ ਕਿਵੇਂ ਮਨਾਇਆ ਜਾਵੇ ਇਹ ਮਹੱਤਵਪੂਰਨ ਸਵਾਲ ਸੀ ਇਹ ਖਾਲਸਾ ਪੰਥ ਦੀ ਸਾਜਨਾ ਇਤਿਹਾਸ ਦੀ ਇਤਿਹਾਸ ਦੀ ਕੀ ਕਾਇਨਾਤ ਦੀ ਕੋਈ ਛੋਟੀ ਗੱਲ ਨਹੀਂ ਸੀ ਕੋਈ ਛੋਟੀ ਘਟਨਾ ਨਹੀਂ ਸੀ ਉਹਨੂੰ ਤੁਸੀਂ ਮਨਾਉਂਦੇ ਕਿਵੇਂ ਹੋ ਉਹ ਇਸ ਦੇ ਅਧਾਰ ਪਰ ਕਰਦਾ ਖਾਲਸਾ ਪੰਥ ਬਾਰੇ ਤੁਹਾਡੀ ਸਮਝ ਕੀ ਹੈ ਚਲੋ ਹੁਣ ਮਨਾਉਣ ਦਾ ਸਾਰੀ ਜਿਹੜਾ ਜ਼ਿੰਮੇਵਾਰੀ ਹੈ ਉਹ ਐਜੀਪੀਸੀ ਤੇ ਉਸ ਮੌਕੇ ਜਿਹੜੀ ਪੰਜਾਬ ਦੀ ਸਰਕਾਰ ਸੀ ਜਿਹਨੂੰ ਪੰਥਕ ਸਰਕਾਰ ਕਿਹਾ ਜਾਂਦਾ ਸੀ ਜਿਹਦਾ ਆਗੂ ਪ੍ਰਕਾਸ਼ ਸਿੰਘ ਬਾਦਲ ਸੀ ਮੁੱਖ ਮੰਤਰੀ ਸੀ ਉਹਦੀ ਸਰਕਾਰ ਸੀ ਤੇ ਕੇਂਦਰ ਦੇ ਵਿੱਚ ਸਬਬ ਨਾਲ ਉਸ ਮੌਕੇ ਬੀਜੇਪੀ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਦੀ ਸਰਕਾਰ ਸੀ ਕਾਂਗਰਸ ਗੱਦੀਆਂ ਉਸ ਮੌਕੇ ਲੱਥ ਚੁੱਕੀ ਸੀ ਇਹ ਤੱਥ ਤੇ ਥੋੜਾ ਜਿਹਾ ਗੌਰ ਕਰਿਓ ਕਿ ਕੇਂਦਰ ਵਿੱਚ ਬੀਜੇਪੀ ਪੰਜਾਬ ਵਿੱਚ ਬਾਦਲ ਐਸਜੀਪੀਸੀ ਤੇ ਦਾ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋੜਾ ਇਹ ਮਹੱਤਵਪੂਰਨ ਤੱਥ ਹੁਣ ਉਹ ਸ਼ਤਾਬਦੀ ਜਦੋਂ ਹੀ ਨੇੜੇ ਆਉਣ ਲੱਗੀ ਕਾ ਇੱਕ ਮਹਿਮ ਵੱਡੀ ਗਈ ਬਕਾਇਦਾ ਪੂਰੀ ਜਥੇਬੰਦ ਬਿਉਂਤ ਬੰਦ ਕਿ ਕਿਵੇਂ ਨਾ ਕਿਵੇਂ ਜਥੇਦਾਰ ਟੌੜਾ ਨੂੰ ਲਾਂਬੇ ਕਰ ਦਿੱਤਾ ਜਾਵੇ ਉਸ ਮੌਕੇ ਜਥੇਦਾਰ ਰਣਜੀਤ ਸਿੰਘ ਭਾਈ ਰਣਜੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਜੇ ਜਥੇਦਾਰ ਟੌੜਾ ਨੂੰ ਲਾਂਬੇ ਕਰਨਾ ਤਾਂ ਸਭ ਤੋਂ ਪਹਿਲੀ ਲੋੜ ਜਥੇਦਾਰ ਰਣਜੀਤ ਸਿੰਘ ਨੂੰ ਲਾਂਬੇ ਕਰਨ ਦੀ ਸੀ ਸੋ ਆ ਇੱਕ ਆਮਲ ਚੱਲਿਆ 98 ਤੋਂ ਸ਼ੁਰੂ ਹੋ ਕੇ ਕਿ ਕਿਵੇਂ ਨਾ ਕਿਵੇਂ ਨੜਨ ਮੇ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਤੇ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਲਾਂਭੇ ਕੀਤਾ ਜਾਵੇ ਹੁਣ ਇੱਥੇ ਸੋਚਨ ਵਾਲਾ ਸਵਾਲ ਸਵਾਲ ਹੈ ਕਿ ਜਥੇਦਾਰ ਜੀ ਤੁਹਾਡੇ ਵਾਸਤੇ ਸਭ ਤੋਂ ਵੱਧ ਸੋਚਣ ਵਾਲਾ ਹੈ ਕਿ ਇਹ ਲੋੜ ਕਿਉਂ ਪੈ ਗਈ ਸੀ ਕੀ ਕੋਈ ਜਾਤੀ ਵੈਰ ਵਿਰੋਧ ਸੀਗਾ ਪ੍ਰਕਾਸ਼ ਸਿੰਘ ਬਾਦਲ ਦਾ ਗੁਰਚਰਨ ਸਿੰਘ ਟੋੜਾ ਨਾਲ ਤੇ ਭਾਈ ਰਣਜੀਤ ਸਿੰਘ ਨਾਲ ਜਾਂ ਕੋਈ ਹੋਰ ਮਾਜਰਾ ਸੀ ਜੇ ਇਹਦਾ ਇਮਾਨਦਾਰੀ ਨਾਲ ਜਵਾਬ ਲੱਭਣਾ ਹੋਵੇ ਤਾਂ ਬਹੁਤਾ ਔਖਾ ਨਹੀਂ ਬਹੁਤ ਸੌਖਾ ਹੈ ਕਿਉਂਕਿ 300 ਸਾਲਾਂ ਦੀ ਸਥਾਪਨਾ ਦਿਵਸ ਆ ਰਿਹਾ ਖਾਲਸੇ ਦਾ ਉਹ ਮਨਾਉਣਾ ਹੈ ਉਹਨੂੰ ਕੀ ਰੰਗਤ ਦੇਣੀ ਹੈ ਕੀ ਦਿਸ਼ਾ ਦੇਣੀ ਹੈ ਉਹਦੇ ਵਾਸਤੇ ਐਸਜੀਪੀਸੀ ਤੇ ਮੁਕੰਮਲ کنٹرول ਕਰਨਾ ਬਹੁਤ ਜ਼ਰੂਰੀ ਸੀ ਜੀ ਦਾ ਐਸਜੀਪੀਸੀ ਤੇ ਜ ਜੀ ਦਾ ਜੋਰ ਹੋ ਕੰਟਰੋਲ ਨਾ ਕਹੀਏ ਜੀ ਦਾ ਐਸਜੀਪੀਸੀ ਦੇ ਅੰਦਰ ਜੋਰ ਹੋ ਉਸ ਦੀ ਮਰਜ਼ੀ ਤੋਂ ਉਲਟ ਨਹੀਂ ਸੋ ਉੱਥੇ ਕੁਝ ਹੋ ਸਕਣਾ ਇਹਦਾ ਇੱਕ ਹਿੰਟ ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਉਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਜਿਹੜੇ ਉਸ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਨਾ ਸ਼੍ਰੀ ਆਪਰ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਸ ਤੋਂ ਪਹਿਲਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਰਹੇ ਚੁੱਕੇ ਸੀ ਉਹਨਾਂ ਨੇ ਪਿੱਛੇ ਜਿਹੇ ਚੰਡੀਗੜ੍ਹ ਚ 28 ਸੈਕਟਰ ਦੇ ਵਿੱਚ ਕੇਂਦਰੀ ਸਿੰਘ ਸਵਾ ਦੇ ਇੱਕ ਸਮਾਗਮ 'ਚ ਆਪਣੀ ਸਪੀਚ 'ਚ ਬੜਾ ਸਪਸ਼ਟ ਖੋਲ ਕੇ ਦੱਸਿਆ ਜਿੱਥੋਂ ਸਾਨੂੰ ਪਤਾ ਲੱਗ ਜੂ ਵੀ ਇਹ ਇਹਨੂੰ ਇਹ ਲੋੜ ਕੀ ਪੈ ਗਈ ਸੀ ਜਿਵੇਂ ਦਾ ਟੌੜਾ ਤੇ ਰਣ ਢਾਈ ਰਣਜੀਤ ਸਿੰਘ ਨੂੰ ਲਾਂਬੇ ਕਰਨ ਦੀ ਉਹਨੇ ਕਿਹਾ ਕਿ ਉਸ ਮੌਕੇ ਦੇ ਉੱਤੇ ਜਦੋਂ ਮਾਰਚ ਕਰਨਾ ਸੀ ਆਨੰਦਪੁਰ ਸਾਹਿਬ ਤਾਂ ਆਰਐਸਐਸ ਦਾ ਪੂਰਾ ਜੋਰ ਲੱਗਿਆ ਪਿਆ ਸੀ ਕਿ ਉਹ ਮਾਰਚ ਉਹਦੀ ਛਾਤਰਛਾਇਆ ਇੱਠ ਹੋਣਾ ਚਾਹੀਦਾ ਹੈ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਨੇ ਕਿ ਮੈਂ ਉਹ ਪਹਿਲਾ ਪਲਾਨ ਬਣ ਚੁੱਕੀ ਸੀ ਰੂਟ ਵੀ ਤੈਅ ਹੋ ਚੁੱਕਿਆ ਸੀ ਸਥਾਨ ਵੀ ਤੈਅ ਹੋ ਚੁੱਕੇ ਸੀ ਜਿਹੜਾ ਉਹਦਾ ਵੀ ਕੌਣ ਅੱਗੇ ਕੌਣ ਪਿੱਛੇ ਉਸ ਤੋਂ ਪਿੱਛੇ ਕੌਣ ਸਭ ਕੁਝ ਪਹਿਲਾਂ ਤੈਅ ਹੋ ਚੁੱਕਿਆ ਸੀ ਉਹ ਉਹਨੂੰ ਬਦਲ ਕੇ ਇਹ ਚਾਹੁੰਦੇ ਸੀ ਕਿ ਸਭ ਤੋਂ ਅੱਗੇ ਆਰਐਸਐਸ ਦੇ ਬੰਦੇ ਹੋਣਗੇ ਇੱਕ ਵੱਡਾ ਜਥਾ 100 150 ਦਾ ਤਾਂ ਕਿ ਇਹ ਲੱਗੇ ਕਿ ਇਹ ਜਿਹੜੇ ਸਾਰੇ ਸਮਾਗਮ ਹੈ ਉਹਨਾਂ ਦੀ ਛਾਤਰਛਾਇਆ ਹੇਠ ਬਣਾਏ ਜਾ ਰਹੇ ਹੈ ਉਨੇ ਕਿਸੇ ਫੁਕਰਪਾਨੇ ਚ ਨਹੀਂ ਵੀ ਉਹ ਉਹੀ ਫੋਟੋਆਂ ਚਾਹੁੰਦੇ ਸੀ ਜਾਂ ਸ਼ਾਉਣਾ ਚਾਹੁੰਦੇ ਸੀ ਇਹਦੇ ਪਿੱਛੇ ਵੱਡੀ ਸਿਧਾਂਤਕ ਖੋਜ ਸੀ ਆਰਐਸਐਸ ਤੇ ਤੁਸੀਂ ਇਹ ਨਹੀਂ ਦੋਸ਼ ਲਾ ਸਕਦੇ ਕਿ ਉਹ ਹੋ ਹੋਸ਼ੇਨ ਜਾਂ ਫੁਕਰੇ ਹਨ ਉਹ ਬੜੇ ਕਮਿਟਿਡ ਆ ਬੜੇ ਡੈਡੀਕੇਟਿਡ ਆ ਆਪਣੇ ਕਾਜ ਵਾਸਤੇ ਸੋ ਉਹਨਾਂ ਦੇ ਉਹ ਕਾਜ ਉਹ ਚਾਹੁੰਦੇ ਕੀ ਸੀ ਉਹ ਕਰਨਾ ਹਾਸਲ ਕੀ ਕਰਨਾ ਚਾਹੁੰਦੇ ਸੀ ਉਸ ਨੂੰ ਲੱਭਣ ਦੀ ਲੋੜ ਹੈ ਇੱਥੇ ਚਲੋ ਉਹ ਤਾਂ ਪ੍ਰੋਫੈਸਰ ਮਨਜੀਤ ਸਿੰਘ ਦੇ ਦੱਸਣ ਅਨੁਸਾਰ ਇਹ ਨਾਨੇ ਉਸ ਮੌਕੇ ਦੇ ਉੱਤੇ ਜ਼ੋਰਤ ਦਿਖਾਈ ਤੇ ਨਹੀਂ ਝੁਕੇ ਉਹਨਾਂ ਦੇ ਸਾਹਮਣੇ ਜਿਦੇ ਕਰਕੇ ਉਹਨਾਂ ਦਾ ਉਹ ਕੰਮਜਾਗ ਨਹੀਂ ਹੋ ਸਕਿਆ ਪਰ ਇਹ ਕਹਿੰਦੇ ਵੀ ਮੀਟਿੰਗ ਦੇ ਵਿੱਚ ਉਹਨਾਂ ਨੇ ਸਿੱਧੀ ਟੰਕੀ ਦਿੱਤੀ ਸੀ ਕਿ ਤੁਸੀਂ ਦੇਖਿਓ ਕਿਸੇ ਦਿਨ ਅਕਾਲ ਤਖਤ ਦਾ ਜਥੇਦਾਰ ਵੀ ਸਾਡਾ ਹੋ ਇਹਨੇ ਔਖੇ ਹੋਗੇ ਸੀ ਇੰਨੀ ਉਹਨਾਂ ਨੂੰ ਪੜਕਾਹਟ ਆਈ ਜਾਂ ਗੁੱਸਾ ਆਇਆ ਜਾਂ ਚੜ ਪੈਦਾ ਹੋਈ ਕਿ ਸਿੱਖ ਸੰਸਥਾਵਾਂ ਤੇ ਤੇ ਈਵਨ ਅਕਾਲ ਤਖਤ ਤੇ ਉੱਤੇ ਵੀ ਸਾਡੇ ਬੰਦੇ ਹੀ ਹੋਣਗੇ ਮਤਲਬ ਮਨ ਦੀ ਗੱਲ ਉਹਨਾਂ ਦੇ ਮੂੰਹੋਂ ਗੁੱਸੇ 'ਚ ਆ ਕੇ ਜਾਂ ਪੜਕਾਹਟ ਜਾ ਕੇ ਨਿਕਲ ਚੁੱਕੀ ਸੀ ਪਰ ਅਫਸੋਸ ਇਹ ਹੈ ਕਿ ਪ੍ਰੋਫੈਸਰ ਮਨਜੀਤ ਸਿੰਘ ਨੇ ਇਹ ਗੱਲ ਹੁਣ 25-24 ਸਾਲਾਂ ਬਾਅਦ ਬਾਹਰ ਕੱਢੀ ਐ ਚਲੋ ਇਹ ਕੋਈ ਇੰਪੋਰਟ ਵੱਡਾ ਮਸਲਾ ਨਹੀਂ ਪਹਿਲਾਂ ਵੀ ਕੱਢ ਦਿੰਦੇ ਤਾਂ ਵੀ ਕੋਈ ਬਹੁਤਾ ਫਰਕ ਨਹੀਂ ਸੀ ਪੈਣਾ ਕਿਉਂਕਿ ਇਹ ਗੱਲਾਂ ਤਕਰੀਬਨ ਲੋਕਾਂ ਨੂੰ ਪਤਾ ਸੀੀਆਂ ਸੋ ਉਹਨਾਂ ਨੇ ਆਪਣੀ ਮਨਸ਼ਾ ਜ਼ਾਹਰ ਕਰਤੀ ਸੀ ਹੁਣ ਇਹ ਜਿਹੜਾ 20 ਸਾਲ ਦੀ ਗੱਲ ਹੈ ਇਹ ਮੈਂ ਉਹੀ ਪੀੜ ਲਿਆ ਰਿਹਾ ਕਿ ਅਕਾਲੀ ਦਲ ਪੂਰਾ ਕੰਟਰੋਲ ਚਾ ਬਾਦਲ ਦੇ ਪਰ ਐਸਜੀਪੀਸੀ ਨੇ ਕੰਟਰੋਲ ਚ ਹੋ ਰਹੀ ਤੇ ਅਕਾਲ ਤਖਤ ਸਾਹਿਬ ਨਹੀਂ ਕੰਟਰੋਲ ਛੋ ਰਿਹਾ ਤੇ 300 ਸਾਲਾਂ ਸਥਾਪਨਾ ਦਿਵਸ ਆ ਰਿਹਾ ਉਹਦੇ ਤੇ ਫਿਰ ਬੜਾ ਡੈਸਪੀਰੇਟ ਜਿਹੜਾ ਹੁੰਦਾ ਨਾ ਬਹੁਤ ਕਿਵੇਂ ਨਾ ਕਿਵੇਂ ਲਾਇਆ ਜਾਵੇ ਮੈਂ ਉਹ ਉਸ ਇਤਿਹਾਸ ਚ ਨਹੀਂ ਜਾਂਦਾ ਬੰਦਿਆਂ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤੋਂ ਪੁੱਛ ਸਕਦੇ ਹੋ ਇੱਥੇ ਜੇ ਆਪਾਂ ਕਹਾਣੀ ਖੋਲ੍ਹ ਲਈ ਬਹੁਤ ਲੰਬੀ ਹੈ ਤੇ ਭਾਈ ਰਣਜੀਤ ਸਿੰਘ ਨੂੰ ਕਿਵੇਂ ਲਾਇਆ ਗਿਆ ਕਿੰਨੇ ਗੈਰ ਜਮਹੂਰੀ ਇੱਕ ਹਸਾਵਨਾ ਗੈਰ ਸੰਵਿਧਾਨਕ ਸੰਵਿਧਾਨਕ ਭਾਰਤੀ ਸੰਵਿਧਾਨ ਨਹੀਂ ਜੋ ਇੱਕ ਮਰਿਆਦਾ ਸਥਾਪਿਤ ਹੋ ਚੁੱਕੀ ਉਸ ਮਰਿਆਦਾ ਨੂੰ ਬਿਲਕੁਲ ਫੈਰਾ ਹੇਠ ਰੋਲ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਇੱਕਦਮ ਰਾਤ ਨੂੰ ਫਰਮਾਨ ਜਾਰੀ ਕਰਕੇ ਲਾ ਦਿੱਤਾ ਗਿਆ ਉਸ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਕੱਢਤਾ ਸ਼੍ਰੋਮਣੀ ਕਮੇਟੀ ਚੋਂ ਅਕਾਲੀ ਦਲ ਚੋਂ ਉਸ ਤੋਂ ਥੋੜਾ ਚਿਰ ਪਹਿਲਾਂ ਸਰਦਾਰ ਕੁਲਦੀਪ ਸਿੰਘ ਬਡਾਲਾ ਜਿਹੜੇ ਬੜੇ ਤਖੜੇ ਤਾਕਤਵਰ ਤੇ ਜੁਰਤ ਵਾਲੇ ਆਗੂ ਸੀਗੇ ਅਕਾਲੀ ਦਲ ਦੇ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ ਹੁਣ ਇਹ ਜਿਹੜੀ ਕਵੈਦ ਸ਼ੁਰੂ ਹੋ ਗਈ ਕਿ ਜਿਹੜੇ ਵੀ ਬੰਦੇ ਅੜ ਰਹੇ ਨੇ ਬਾਦਲ ਦੇ ਅੱਗੇ ਜਾਂ ਬਾਦਲ ਦੀ ਰਾਜਨੀਤੀ ਅੱਗੇ ਜਾਂ ਉਹਦੀ ਸੋਚ ਅੱਗੇ ਉਹ ਇੱਕ ਇੱਕ ਕਰਕੇ ਕੱਢੇ ਜਾ ਰਹੇ ਤੇ ਮੌਕਾ 300 ਸਾਲਾਂ ਸਥਾਪਨਾ ਦਿਵਸ ਦਾ ਇਹ ਆਪਣੇ ਭਾਸ਼ਣ 'ਚ ਜਥੇਦਾਰ ਜੀ ਨੇ ਇੱਕ ਬੜੀ ਕੰਮ ਦੀ ਗੱਲ ਕੀਤੀ ਹੈ ਅਹਮ ਉਹ ਤੇ ਵੱਲ ਤੇ ਹੰਡੇ ਹੰਡੀ ਲੋੜ ਹੈ ਉਹ ਕਹਿੰਦਾ ਇੱਕ ਹੁੰਦੀ ਹੈ ਕੁੱਤਾ ਵਰਤੀ ਇੱਕ ਹੁੰਦੀ ਹੈ ਸ਼ੇਰ ਵਰਤੀ ਕੁੱਤਾ ਵਰਤੀਓ ਕਹਿੰਦਾ ਵੀ ਇਹ ਐ ਵੀ ਜਦੋਂ ਕੋਈ ਉਹਦੇ ਕੋਈ ਡਾਂਗ ਮਾਰੂ ਕੁੱਤਾ ਡਾਂਗ ਮਾਰਨ ਵਾਲੇ ਨੂੰ ਨਹੀਂ ਪੈਂਦਾ ਉਹ ਡਾਂਗ ਫੜਦਾ ਇਹ ਕੁੱਤਾ ਵਰਤੀ ਹੈ ਜਿਹੜਾ ਸ਼ੇਰ ਹੈ ਜਦੋਂ ਉਹਨੂੰ ਕੋਈ ਮਾਰੂ ਉਹਨੂੰ ਤਾਂ ਬੰਦੂਕ ਨਾਲ ਹੀ ਮਾਰੂ ਨਾ ਉਹ ਬੰਦੂਕ ਨੂੰ ਨਹੀਂ ਪੈਂਦਾ ਉਹ ਬੰਦੂਕ ਵਾਲੇ ਨੂੰ ਪੈਂਦਾ ਜਿਹਦੇ ਹੱਥ 'ਚ ਬੰਦੂਕ ਹੈ ਇਸ ਕਰਕੇ ਤੁਸੀਂ ਇਹ ਦੇਖੋ ਕਿ ਜੋ ਹੋ ਕਰ ਰਿਹਾ ਕੋਈ ਉਹਦੇ ਪਿੱਛੇ ਕੀ ਹੈ ਉਹ ਕਿਹਦੇ ਇਸ਼ਾਰਿਆਂ ਤੇ ਕਰ ਰਿਹਾ ਹੈ ਤੇ ਕੀ ਦੇ ਹਿੱਤਾਂ ਦੀ ਪਾਲਣਾ ਕਰ ਰਿਹਾ ਹੈ ਸਮਝ ਲਓ ਸੋ ਜਥੇਦਾਰ ਜੀ ਤੁਸੀਂ ਵੀ ਇੱਥੇ ਥੋੜਾ ਆਪਣੀ ਸ਼ੇਰ ਵਰਤੀ ਨੂੰ ਤਖੜਾ ਕਰੋ ਤੇ ਦੇਖੋ ਕਿ ਇਹ ਕੀ ਬਾਦਲ ਆਪਣੇ ਆਪ ਕਰ ਰਿਹਾ ਸੀ ਐਡੀ ਉਹਨੂੰ ਕੀ ਤੱਦੀ ਆ ਪਈ ਸੀ ਉਹਦੀ ਕੁਰਸੀ ਇਨਟੈਕਟ ਸੀ ਉਹਦਾ ਕੋਈ ਸੰਘਾਸਨ ਡੋਲ ਨਹੀਂ ਸੀ ਰਿਹਾ ਜਿੱਥੋਂ ਤੱਕ ਚੀਫ ਮਿਨਿਸਟਰੀ ਦੀ ਗੱਲ ਹੈ ਜੈ ਸ਼ਰਮ ਨੇ ਇਕੱਲੇ ਦਲ ਦੀ ਪ੍ਰਧਾਨਗੀ ਦੀ ਗੱਲ ਹੈ ਫਿਰ ਉਹਨੂੰ ਕਿਉਂ ਇਹ ਡੀਲ ਲੋੜ ਪਈ ਸੀ ਸੋ ਸਾਫ਼ ਹੈ ਉਹ ਕਿਸੇ ਦੇ ਇਸ਼ਾਰਿਆਂ ਤੇ ਕਿਸੇ ਹੋਰ ਦੀ ਲੋੜ ਦੀ ਪੂਰਤੀ ਲਈ ਇਹ ਕੰਮ ਕਰ ਰਿਹਾ ਸੀ ਉਹ ਕੌਣ ਸੀ ਇਸ਼ਾਰਿਆਂ ਕਿਹਦੇ ਇਸ਼ਾਰਿਆਂ ਤੇ ਉਹ ਸਿੱਧਾ ਕੇਂਦਰ ਸਰਕਾਰ ਜਿਹੜੀ ਉਦੋਂ ਹਿੰਦੂ ਤਵੀਆਂ ਦੀ ਸੀ ਮਤਲਬ ਹੁਣ ਆਪਾਂ ਗੱਲ ਨਵੇੜ ਦੀਏ ਕਿ ਬਾਦਲ ਨੇ ਜਿਹੜਾ ਸਾਰਾ ਕੁਝ ਕੀਤਾ ਸਿੱਖ ਮਰਿਆਦਾ ਦਾ ਘਾਣ ਕੀਤਾ ਲੰਮੇ ਚਿਰ ਦੀ ਜੋ ਰਵਾਇਤ ਤੁਰੀ ਆ ਰਹੀ ਹੈ ਇੱਕ ਸਤਕਾਰ ਤਸ ਹਸਤੀਆਂ ਨੂੰ ਜਿੰਨੇ અપਮਾਨਜਨਕ ਢੰਗ ਨਾਲ ਉਥੋਂ ਲਾਹਿਆ ਗਿਆ ਉਹਦਿਆਂ ਤੋਂ ਇਹ ਸਾਰਾ ਕੁਝ ਬੀਜੇਪੀ ਦੇ ਇਸ਼ਾਰਿਆਂ ਤੇ ਜਾਂ ਹਿੰਦੂ ਤਵੀਆਂ ਦੇ ਇਸ਼ਾਰਿਆਂ ਤੇ ਕੀਤਾ ਗਿਆ ਹੁਣ ਅਗਲਾ ਸਵਾਲ ਹੈ ਕਿ Hindu ਤਵੀਏ ਕੀ ਚਾਹੁੰਦੇ ਸੀ ਉਹਨਾਂ ਨੂੰ ਇਹ ਕੀ ਤਕਲੀਫ ਸੀ ਉਹਨਾਂ ਦੀ ਮਨਸ਼ਾ ਕੀ ਹੈ ਇਹ ਤੇ ਆਪਾਂ ਨੂੰ ਕੁਝ ਵੀ ਬੜਾ ਬੋਲਣ ਦੀ ਲੋੜ ਨਹੀਂ ਅੱਜ ਬੱਚੇ-ਬੱਚੇ ਨੂੰ ਇਹ ਗੱਲ ਦਾ ਵਿਸ਼ਵਾਸ ਹੋ ਚੁੱਕਿਆ ਚਾਨਣ ਹੋ ਚੁੱਕਿਆ ਕਿ ਜਿਹੜਾ ਹੈ Hindu ਤਵੀਏ ਨਾ ਕੱਲੇ Hindu ਤਵੀਏ ਨਹੀਂ ਜਿਹੜਾ ਅਪਰਕਾਸ਼ਤ Hindu ਹੈ ਸਾਰੇ ਹੀ ਸਵਰਨ ਜਾਤੀ Hindu ਉਹਦੀ ਜੋ ਸੋਚ ਬਣੀ ਹੋਈ ਹੈ ਉਹ ਇਹ ਹੈ ਕਿ ਭਾਰਤ ਦਾ ਇੱਕੋ ਇੱਕ ਧਰਮ Hindu ਧਰਮ ਹੀ ਹੈ। ਬਾਕੀ ਇਸ ਧਰਤੀ ਤੇ ਪੈਦਾ ਹੋਏ ਸਾਰੇ ਧਰਮੇ ਦਾ ਹਿੱਸਾ ਹੀ ਹੈ। ਇਹਦੇ ਅੰਗਨ ਇਹਦੇ ਗੌਣ ਅੰਗ, ਛੋਟੇ ਅੰਗ ਅੰਗਾਂ ਦੀ ਹੁੰਦਾ ਬੋਡੀ-ਬੋਡੀ ਹੁੰਦੀ ਹੈ। ਸੋ ਜਿਹੜੇ ਬਾਹਰੋਂ ਆਏ ਧਰਮ ਈਸਾਈयत ਹੈ ਜਾਂ ਮੁ슬ਮਾਨ ਹੈ ਇਸਲਾਮ ਉਹਨਾਂ ਨੂੰ ਉਹ ਦੁਸ਼ਮਣ ਮੰਨਦਾ ਹੈ ਤੇ ਜਿਹੜੇ ਇੱਥੇ ਪੈਦਾ ਹੋਏ ਤੇ ਜਿਨ੍ਹਾਂ ਚੋਂ ਕੁਛ ਨੇ ਜਦੋਂ ਆਪਦੀ ਸੁਤੰਤਰ ਹਸਤੀ ਸਾਬਤ ਕਰ ਲਈ ਸੀ ਹਿੰਦੂਵਾਦ ਤੋਂ ਬੱਕਰੀ ਸੁਤੰਤਰ ਹਸਤੀ ਆਪਣੀ ਉਹਨਾਂ ਨੂੰ ਉਹ ਮੁੜ ਕੇ ਹਿੰਦੂਵਾਦ 'ਚ ਜਜ਼ਬ ਕਰਨ ਦੀ ਰਣਨੀਤੀ ਆਪਾਂ ਇਹਨੂੰ ਇਹ ਤੇ ਆਪਾਂ ਨੂੰ ਬਿਲਕੁਲ ਬੋਲਣ ਦੀ ਲੋੜ ਨਹੀਂ ਇਹ ਗੱਲ ਬੱਚੇ-ਬੱਚੇ ਨੂੰ ਪਤਾ ਅੱਜਕੱਲ੍ਹ ਸੋ ਮੇਰਾ ਕਹਿਣ ਤੋਂ ਇਹ ਪਾਵ ਹੈ ਕਿ ਜੋ ਸਾਰਾ ਅਮਲ ਚੱਲਿਆ ਉਹ ਉਹ ਜੋ ਸਟਰੈਟਜੀ ਹੈ ਬੀਜੇਪੀ ਦੀ ਕਿ ਸਿੱਖਕ ਧਰਮ ਨੂੰ ਹਿੰਦੂ ਧਰਮ ਚ ਜਜ਼ਬ ਕਰ ਲਿਆ ਜਾਵੇ ਸਿਮੂਲੇਟ ਕਰ ਲਿਆ ਜਾਵੇ ਇਹ ਉਹਦੀ ਕਬੈਦ ਹੋ ਰਹੀ ਸੀ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਾਂ ਬਾਦਲ ਕੇ ਵੇਲਿੰਗ ਏਜੰਟ ਬਣੇ ਇਹਨਾਂ ਦੇ ਕਿਸੇ ਨੇ ਕੰਨ ਤੇ ਪਿਸਤੌਲ ਨਹੀਂ ਸੀ ਰੱਖਿਆ ਹੋਇਆ ਵੀ ਜਾਂ ਤੁਹਾਨੂੰ ਮਾਰਦੇ ਆ ਕਿ ਤੇ ਜਾ ਫਿਰ ਆ ਕੰਮ ਕਰੋ ਬਿਲਿੰਗ ਏਜੰਟ ਬੜੀ ਖੁਸ਼ੀ ਖੁਸ਼ੀ ਸੇਵਾ ਨਿਭਾਈ ਆਪਾਂ ਜੇ ਅੱਜ ਇਸ ਤੇ ਨਹੀਂ ਚੰਦੇ ਕਿਉਂ ਪਰ ਇਹ ਇੱਕ ਤੱਥ ਹੈ ਹੁਣ ਪ੍ਰਮਾਣਿਤ ਹੋ ਚੁੱਕਿਆ ਕਿ ਇਹਨਾਂ ਨੇ ਇਹ ਕੰਮ ਕੀਤਾ ਸੋ ਜਿਹੜਾ ਜਥੇਦਾਰ ਜੀ ਨੇ ਇਹ ਕਿਹਾ ਕਿ ਕੂੜ ਪ੍ਰਚਾਰ ਕਰਕੇ ਸੰਸਥਾਵਾਂ ਕਮਜ਼ੋਰ ਹੋ ਗਈਆਂ ਉਹ ਕੂੜ ਪ੍ਰਚਾਰ ਕਰਕੇ ਨਹੀਂ ਉਹਨਾਂ ਨੂੰ ਢਾ ਲੱਗਣ ਦਾ ਅਮਲ 20 ਸਾਲ ਪਹਿਲਾਂ ਠੀਕ ਕਿਹਾ ਹੈ ਨਹੀਂ ਪ੍ਰਚਾਰ ਪੰਥ ਦਰਦੀਆਂ ਵੱਲੋਂ ਹੋਣਾ ਹੀ ਸੀ ਉਹਨੂੰ ਕੂੜ ਪ੍ਰਚਾਰ ਨਾ ਕਹੋ ਇਹ ਮੈਂ ਅੱਗੇ ਜਾ ਕੇ ਚੱਲੋ ਗੱਲ ਥੋੜੀ ਸਪਸ਼ਟ ਵੀ ਕਰੂੰ ਠੀਕ ਹੈ ਕੁਝ ਬੰਦਿਆਂ ਦਾ ਜਿਹੜਾ ਪ੍ਰਚਾਰ ਉਹ ਕੂੜ ਪ੍ਰਚਾਰ ਕਿਹਾ ਜਾ ਸਕਦਾ ਉਹਨਾਂ ਦੀਆਂ ਅਬਦੀਆਂ ਵੀ ਜੋ ਨੀਤਾਂ ਨੂੰ ਕੋਈ ਬਹੁਤੀਆਂ ਚੰਗੀਆਂ ਨਹੀਂ ਕੁਝ ਲੋਕਾਂ ਦੀ ਪਰ ਪੰਥ ਦਾ ਬਹੁਤ ਵੱਡਾ ਸੋਹਰ ਦੇਸ ਹੈ ਜਿਹੜਾ ਇਸ ਗੱਲ ਤੋਂ ਇੰਨਾ ਜਿਹੜਾ ਜਿਵੇਂ ਜਥੇਦਾਰ ਦਾ ਮਾਨ ਹੁੱਲੜਵਾਜੀ ਦੇਖ ਕੇ ਵਿਚਲਿਤ ਹੋਇਆ ਨਾ ਤਾਂ ਕੌਮ ਤਾਂ ਬਹੁਤ ਚਿਰ ਦੀ ਵਿਚਲਿਤ ਹੋਈ ਬੈਠੀ ਹੈ 20 ਸਾਲਾਂ ਤੋਂ ਕਿ ਸਿੱਖ ਕੌਮ ਦਾ ਤੇ ਉਹਦੀਆਂ ਸੰਸਥਾਵਾਂ ਦਾ ਬਣਾ ਕੀ ਦਿੱਤਾ ਗਿਆ ਤੇ ਕਿਹਨੇ ਬਣਾਇਆ ਇਹ ਕੋਈ ਬਹੁਤਾ ਉੱਲਾ ਨਹੀਂ ਹੁੰਨੇ ਇਸ ਗੱਲ ਦੇ ਵਿੱਚ ਇੱਕ ਕੋਈ ਪਰਿਵਾਰ ਹੈ ਜਿਨੇ ਸਾਰਾ ਕੁਝ ਕੀਤਾ ਤੇ ਨਾ ਇਹ ਜਥੇਦਾਰ ਨੂੰ ਭੁੱਲਿਆ ਤੇ ਨਾ ਕਿਸੇ ਹੋਰ ਨੂੰ ਭੁੱਲਿਆ ਸੋ ਇਸ ਕਰਕੇ ਇਹ ਜਿਹੜਾ 20 ਸਾਲਾਂ ਦਾ ਕਹਿੰਦੇ ਨਾ ਵੀ ਇਹ ਕੂੜ ਪ੍ਰਚਾਰ ਕਰਕੇ ਉਹਨਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਉਹ ਕੂੜ ਪ੍ਰਚਾਰ ਕਰਕੇ ਨਹੀਂ ਜਿਹੜੀ ਅੰਦਰੋਂ ਢਾ ਲੱਗੀ ਇਹਨਾਂ ਸੰਸਥਾਵਾਂ ਨੂੰ ਜਦੋਂ ਇੰਨਾ ਤੇ ਬਾਦਲ ਕਿਆਂ ਦਾ ਗਲਬਾ ਪੈ ਗਿਆ ਇਹ ਉਹਦੇ ਕਰਕੇ ਹੋਈ ਹੁਣ ਆਪਾਂ ਉਹ ਦੇਖੀਏ ਕਿਹੜੀਆਂ ਸੰਸਥਾਵਾਂ ਹੈ ਉਹ ਜਥੇਦਾਰ ਜੀ ਨੇ ਵੀ ਗਨਾਈਆਂ ਸਭ ਤੋਂ ਸ਼੍ਰੋਮਣੀ ਸੰਸਥਾ ਸਾਡੀ ਅਗੇ ਅਕਾਲ ਤਖਤ ਸਾਹਿਬ ਉਹ ਹੁਣ ਦੇਖ ਲਓ ਕਿ ਉਹਦੇ ਜਥੇਦਾਰ ਨੂੰ ਜਿਹੜਾ ਬਕਾਇਦਾ ਉਹ ਪੁਆਇੰਟ ਕੀਤਾ ਗਿਆ ਸੀ ਸਰਬਸੰਮਤੀ ਨਾਲ ਧੂ ਟੜਕੇ ਨਾਲ ਭਾਈ ਰਣਜੀਤ ਸਿੰਘ ਉਹਨੂੰ ਕਿਵੇਂ ਲਾਹਿਆ ਗਿਆ ਕਿੰਨਾ ਜਲੀਲ ਕਰਕੇ ਜਾਂ અપਮਾਨ ਕਰਕੇ ਤੇ ਜਦੋਂ ਐਡੀ ਪਵਿੱਤਰ ਸੰਸਥਾ ਦੇ ਜਥੇਦਾਰਾਂ ਨੂੰ ਕੀਤਾ ਜਾਂਦਾ ਹੈ ਤੁਹਾਡਾ ਕੀ ਖਿਆਲ ਹੈ ਕਿ ਉਹਦੇ ਉਹ ਸੰਸਥਾ ਤੇ ਉਹਦੀ ਕੋਈ ਆਂਚ ਨਹੀਂ ਆਊਗੀ ਉਹਦੀ ਭਰੋਸੇਯੋਗਤਾ ਤੇ ਸਵਾਲ ਖੜੇ ਨਹੀਂ ਹੋਣਗੇ ਇਹ ਕੋਈ ਢੰਗ ਹੁੰਦਾ ਮਤਲਬ ਬਿਲਾਉਣ ਦਾ ਚਲੋ ਲਾਤਾ ਭਾਈ ਰਣਜੀਤ ਸਿੰਘ ਫਿਰ ਕਾਲੀ ਚੌਦੀ ਜਗ੍ਹਾ ਭਾਈ ਮੋਹਨ ਸਿੰਘ ਜਿਹੜੇ ਉਸ ਮੌਕੇ ਦੇ ਉੱਤੇ ਹੈੱਡ ਗ੍ਰਾਂਥੀ ਸੀ ਸ੍ਰੀ ਹਰਮੰਦਰ ਸਾਹਿਬ ਦੇ ਇਹ ਅਨਾਉਂਸ ਹੋ ਗਿਆ ਕਿ ਉਹ ਹੁਣ ਅਕਾਲ ਤਖਤ ਦੇ ਜਥੇਦਾਰ ਹੋਣਗੇ ਪਰ ਉਹਨਾਂ ਨੇ ਇੱਕ ਦੋ ਦਿਨਾਂ ਦੀ ਬਿਆਨ ਦਿੱਤਾ ਕਿ ਮੈਂ ਇਹ ਅਹੁਦਾ ਕਬੂਲ ਨਹੀਂ ਕਰ ਸਕਦਾ ਦਿਖਾਈ ਜੁਰਤ ਮਤਲਬ ਕੁਛ ਆਪਦੀ ਕੋਈ ਪ੍ਰਤੀਬੱਧਤਾ ਕਹਿ ਲੋ ਜਾਂ ਸਹਿਰ ਦਤਾ ਉਹ ਦਿਖਾਈ ਉਹਨਾਂ ਨੇ ਜਵਾਬ ਦਿੱਤਾ ਇਹ ਕਹਿੰਦੇ ਕੋਈ ਗੱਲ ਨਹੀਂ ਕਿ ਤੂੰ ਨਹੀਂ ਬਣਨਾ ਬੰਦੇ ਬਹੁਤ ਪੈਣ ਲਾਈਨ ਲੱਗੀ ਪਈ ਸੀ ਸੋ ਇਹਨਾਂ ਨੇ ਗਿਆਨੀ ਪੂਰਨ ਸਿੰਘ ਨੂੰ ਬਣਾਤਾ ਉਹਨੇ ਖੁਸ਼ੀ ਖੁਸ਼ੀ ਉਹਦਾ ਸੰਭਾਲ ਲਿਆ ਕੁਛ ਚਿਰ ਬਾਅਦ ਉਹਦੇ ਨਾਲ ਪ੍ਰੋਬਲਮ ਆ ਗਈ ਐ ਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਫਿਰ ਉਹਨੂੰ ਲਾਤਾ ਫੇਰ ਗਿਆਨੀ ਜੁਗENDER ਸਿੰਘ ਵਿਦਾਂਤੀ ਜੀ ਨੂੰ ਬਣਾਇਆ ਗਿਆ ਕੁਸ਼ਚਰਵਾਦ ਉਹਨੂੰ ਵੀ ਹਟਾਤਾ ਫੇਰ ਲਿਆਂਦਾ ਗਿਆ ਆਪਣਾ ਭਾਈ ਗੁਰਬਚਨ ਸਿੰਘ ਜਿਹਨੂੰ ਭਾਈ ਕਹਿੰਦੇ ਆ ਵੀ ਹੁਣ ਥੋੜੀ ਸ਼ਰਮ ਆਉਂਦੀ ਹੈ ਸਾਨੂੰ ਕਹਿਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ ਕਿਉਂਕਿ ਜਿਸ ਕਿਸਮ ਦਾ ਉਹਦਾ ਕਰਦਾਰ ਤੇ ਰੋਲ ਸਾਹਮਣੇ ਆਇਆ ਮਤਲਬ ਤੁਸੀਂ ਦੇਖੋ ਇਹ ਇੱਕ ਨਾ ਬਣਦਾ ਕੀ ਹੈ ਵੀ ਪਤਨ ਕਿਵੇਂ ਹੁੰਦਾ ਗਿਆ ਭਾਈ ਰਣਜੀਤ ਸਿੰਘ ਤੋਂ ਲੈ ਕੇ ਗੁਰਵਾਚਨ ਸਿੰਘ ਤੱਕ ਇੱਕ ਨੂੰ ਲਾ ਕੇ ਦੂਜੇ ਨੂੰ ਜਿਹੜਾ ਲਿਆਉਂਦੇ ਸੀ ਉਹਦੂੰ ਚੜਦਾ ਹੀ ਹੁੰਦਾ ਸੀ ਤੇ ਗੁਰਵਾਚਨ ਸਿੰਘ ਤੋਂ ਨੀਵਾ ਹੁਣ ਕੁਝ ਨਹੀਂ ਸੀ ਹੋ ਸਕਦਾ ਪਤਾਲ 'ਚ ਤਾਂ ਡਿੱਗ ਨਹੀਂ ਸਕਦਾ ਸੋ ਇਹ ਇਹ ਸਿਲਸਲਾ ਇੱਥੇ ਪਹੁੰਚਿਆ ਜਦੋਂ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਹੈਡਮਾਸਟਰਾਂ ਨੂੰ ਤਾਂ ਬਦਲੀਆਂ ਕਰਦੇ ਹਾਂ ਉਹਦੀਆਂ ਵੈਸੇ ਹੈਡਮਾਸਟਰਾਂ ਦੀ ਵੀ ਇੰਨੀ ਇਸ ਤਰ੍ਹਾਂ ਨਹੀਂ ਕੀਤੀਆਂ ਜਾ ਸਕਦੀਆਂ ਇੰਨੀਆਂ ਬਿਮਜ਼ੀ ਕਰਨ ਮੰਚ ਆਇਆ ਤੇ ਫਿਰ ਉਹ ਬਦਲੀ ਕਰਦੇ ਹੋ ਜਾਂ ਇਹਨਾਂ ਆਰਬਟਰੀ ਢੰਗ ਨਾਲ ਆਪ ਮਤੇ ਢੰਗ ਨਾਲ ਇਹ ਤਾਂ ਚਪੜਾਸੀ ਨੂੰ ਤਾਂ ਇਸ ਤਰ੍ਹਾਂ ਕੀਤਾ ਜਾ ਸਕਦਾ ਵਿਚਾਰੇ ਦੀ ਕੋਈ ਤਾਕਤ ਨਹੀਂ ਹੁੰਦੀ ਤੇ ਫਿਰ ਜੇ ਤੁਸੀਂ ਉਹਨਾਂ ਦੇ ਜਥੇਦਾਰਾਂ ਨਾਲ ਇਸ ਤਰ੍ਹਾਂ ਵਰਤਾਓ ਕਰ ਰਹੇ ਹੋ ਇਹ ਕੁਛ ਕੀਤਾ ਜਾ ਰਿਹਾ ਤੇ ਉਹਦੀ ਭਰੋਸੇਯੋਗਤਾ ਉਸ ਸੰਸਥਾ ਦੀ ਰਹਿ ਜੂਗੀ ਹੁਣ ਜਥੇਦਾਰ ਜੀ ਜਵਾਬ ਦਿਓ ਇਸ ਸਵਾਲ ਦਾ ਕਿ ਜੋ ਸ਼੍ਰੀ ਅਕਾਲਤ ਸਾਹਿਬ ਦੀ ਮਾਨ ਮਰਿਆਦਾ ਨੂੰ ਛੱਟ ਲੱਗੀ ਹੈ ਉਹਦੀ ਭਰੋਸੇਯੋਗਤਾ ਨੂੰ ਕੋਈ ਆਂ ਚਾਈ ਹੈ ਕਿ ਉਹ ਕੂੜ ਪ੍ਰਚਾਰ ਕਰਕੇ ਆ ਗਈ ਜਾਂ ਆਹ ਕਾਰਵਾਈਆਂ ਕਰਕੇ ਜਿਸ ਤਰ੍ਹਾਂ ਚੱਲਿਆ ਗਿਆ ਤੋ ਇਹ ਤਾਂ ਹੋ ਗਈ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸਾਡੀ ਸ਼੍ਰੋਮਣੀ ਸੰਸਥਾ ਹੈ ਹੁਣ ਆਜੋ ਇਹ ਜੀ ਪੀ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਨਾਲ ਹੀ ਜਿਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਟਾਏ ਗਏ ਉਸੇ ਤਰ੍ਹਾਂ ਹੀ ਇੱਕ ਮੌਕਾ ਸੀ ਇੱਕ ਰਵਾਇਤ ਸੀ ਸਥਾਪਿਤ ਹੋਈ ਜਦੋਂ ਦੀ ਸ਼੍ਰੋਮਣੀ ਕਮੇਟੀ ਬਣੀ ਹੈ ਉਹਦੀਆਂ ਚੋਣਾਂ ਦਾ ਅਮਲ ਉਦੇ ਉਮੀਦਵਾਰਾਂ ਦੀ ਚੋਣ ਕਿਵੇਂ ਕਰਨੀ ਹੈ ਉਹਦਾ ਪ੍ਰਧਾਨ ਕਿਵੇਂ ਚੁਣਨਾ ਹੈ ਤੇ ਉਸ ਪ੍ਰਧਾਨ ਨੇ ਵਰਕ ਕਿਵੇਂ ਕਰਨਾ ਹੈ ਇੱਕ ਸੁਤੰਤਰ ਰਹਿ ਕੇ ਇਹ ਗੱਲਾਂ ਸਥਾਪਿਤ ਹੋ ਚੁੱਕੀਆਂ ਸੀ ਜਿਹਨੂੰ ਪੰਥਕ ਯੋਗਤ ਕਹਿ ਸਕਦੇ ਹਾਂ ਚੋਣਾ ਲੜਨ ਦੀ ਉਮੀਦਵਾਰ ਚੁਣਨ ਦੀ ਇਹ 1920 ਤੋਂ ਕੁਝ ਨਾ ਕੁਝ ਗੜਬੜਾ ਹੁੰਦੀਆਂ ਕਮਜ਼ੋਰੀਆਂ ਆਈਆਂ ਹੋਣ ਜਾਂ ਥੜਕਨਾਂ ਆਈਆਂ ਹੋਣਗੀਆਂ ਪਰ ਮੂਲ ਰੂਪ ਵਿੱਚ ਇਹ ਇੰਟੈਕਟ ਸੀ ਜੇ ਬਚੀ ਹੋਈ ਸੀ ਹੁਣ ਤੁਸੀਂ ਦੇਖੋ ਵੀ ਜਦੋਂ ਬਾਦਲ ਕਿਆਂ ਦਾ ਕਬਜ਼ਾ ਹੋ ਗਿਆ ਇਹਦਾ ਕੀ ਬਣਿਆ ਇਹ ਜੀਪੀਸੀ ਦਾ ਉਹਦੇ ਪ੍ਰਧਾਨ ਨੂੰ ਜਿਵੇਂ ਲਾਇਆ ਗਿਆ ਉਵੇਂ ਜਿਵੇਂ ਭਾਈ ਰਣਜੀਤ ਸਿੰਘ ਨੂੰ ਜ਼ਥੇਦਾਰੀ ਤੋਂ ਲਾਇਆ ਗਿਆ ਸੀ ਉਸ ਤਰ੍ਹਾਂ ਗੁਰਚਰਨ ਸਿੰਘ ਟੋੜਾ ਨੂੰ ਜਲੀਲ ਕਰਕੇ અપਮਾਨਿਤ ਕਰਕੇ ਤੇ ਬਿਲਕੁਲ ਆਪ ਖੁਦਰੇ ਢੰਗ ਨਾਲ ਕੋਈ ਮਰਿਆਦਾ ਨਹੀਂ ਕੁਛ ਨਹੀਂ ਫੇਰ ਜੋ ਚੋਣਾ ਦਾ ਅਮਰਸੀ ਜੋ ਇੱਕ ਰਵਾਇਤ ਸੀ ਪੰਥਕ ਜੋਗਤ ਉਹਨੂੰ ਛੱਡ ਕੇ ਜਿਵੇਂ ਸਰਕਾਰ ਦੀਆਂ ਚੋਣਾਂ ਹੁੰਦੀਆਂ ਹਨਾ ਪਾਰਟੀਆਂ ਸਰਕਾਰ ਬਣਾਉਣ ਵਾਸਤੇ ਚੋਣਾਂ ਲੜਦੀਆਂ ਜੋ ਅਨੈਤਿਕ ਹੱਥਕੰਡੇ ਉੱਥੇ ਵਰਤੇ ਜਾਂਦੇ ਨੇ ਉਦੋਂ ਵੀ ਬਿਦਸ਼ਰਮੀ ਨਾਲ ਉਹ ਸ਼ਰੋਮਣੀ ਕਮੇਟੀ ਦੇ ਭਾਵੇਂ ਉਮੀਦਵਾਰ ਦੀ ਚੋਣਾਂ ਉਹ ਸਾਰੇ ਮਿਆਰ ਛੱਡ ਤੇ ਮਾਪਦੰਡ ਸੀ ਬੜੇ ਸਖਤ ਪਹਿਲਾਂ ਹੁਣ ਬੰਦੇ ਅੰਮ੍ਰਿਤਧਾਰੀ ਵੀ ਨਾ ਹੋਣ ਬਸ ਤੁਹਾਡੇ ਵਫਾਦਾਰ ਹੋਣ ਬਦਮਾਸ਼ ਹੋਣ ਬੈਲੀ ਹੋਣ ਸਮਗਲਰ ਹੋਣ ਲੁੱਚੇ ਹੋਣ ਲਫੰਗੇ ਹੋਣ ਤੁਹਾਡੇ ਵਫਾਦਾਰ ਹੋਣ ਉਹਨਾਂ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਤੇ ਜਿਤਾਇਆ ਜਾ ਸਕਦਾ ਜਿਤਾਉਣ ਵਾਸਤੇ ਸ਼ਰਾਬ ਪਿਾਈ ਜਾ ਸਕਦੀ ਪੈਸੇ ਵੰਡੇ ਜਾ ਸਕਦੇ ਹਨ ਹੋਰ ਜੋ ਵੀ ਕਾਕਤ ਜਾਂ ਦਵਾਈ ਜਾਂ ਸਾਧਨ ਵਰਤੇ ਜਾ ਸਕਦੇ ਨੇ ਜਾਇਜ ਨਜਾਇਜ ਇਹ ਸਾਰਾ ਕੁਝ ਕੌਣ ਲੈ ਕੇ ਆਇਆ ਇਹ 20 ਸਾਲਾਂ ਤੋਂ ਆਇਆ ਤੁਸੀਂ ਇਹ 20 ਸਾਲ ਜਿਹੜਾ ਉਹਨੇ ਕਿ ਹੈ ਨਾ ਮੂੰਹੋਂ ਨਿਕਲ ਗਿਆ ਜਾਂ ਕਿਵੇਂ ਕਿਹਾ ਕਿ ਬਹੁਤ ਇੰਪੋਰਟੈਂਟ ਇਹਨੂੰ ਅੰਡਰਲਾਈਨ ਕਰੋ ਬਾਰ-ਬਾਰ ਸੋ ਇਹ ਇਹ ਐਸਜੀਪੀਸੀ ਨੂੰ ਆ ਬਣਾਤਾ ਫਿਰ ਉਹਦੇ ਪ੍ਰਧਾਨ ਹੁਣ ਪ੍ਰਧਾਨ ਦੀ ਚੋਣ ਖੁੱਲੇ ਆਮ ਹੁੰਦੀ ਸੀ ਖੁੱਲੀ ਕਿਤਾਬ ਖੁੱਲਾ ਵਰਕ ਤੇ ਮੈਂ ਕੋਈ ਪਿੱਛੇ ਬਹਿ ਕੇ ਸਾਜ਼ਿਸ਼ ਨਹੀਂ ਕੁਛ ਨਹੀਂ ਇਹ ਇੱਕ ਰਵਾਇਤ ਸੀ ਕਿ ਬੜੀ ਹੈਲਦੀ ਬੜੀ ਤਕੜੀ ਉਸ ਰਵਾਇਤ ਨੂੰ ਇੱਕ ਲਫਾਫਾ ਕਲਚਰ ਇਹਦੇ ਬਾਰੇ ਆਪਾਂ ਨੂੰ ਗੱਲ ਕਰਨ ਦੀ ਲੋੜ ਨਹੀਂ ਹੈ ਤਾਂ ਹੁਣ ਮਜ਼ਾਕ ਦਾ ਵਿਸ਼ਾ ਹੀ ਬਣ ਗਈ ਹੈ ਇਹ ਤਾਂ ਅੰਦਰ ਲੈਣੀ ਬਹੁਤ ਕੁਝ ਦੱਸਦਾ ਹੈ ਵੇ ਦੱਸਣ ਨੂੰ ਬਚਿਆ ਵੀ ਕੁਝ ਨਹੀਂ ਸਭ ਕੁਝ ਲੋਕਾਂ ਨੂੰ ਪਤਾ ਹੀ ਸੀਗਾ ਸੋ ਇਹ ਹੁਣ ਇਹ ਇਹ ਸੰਸਥਾ ਦੂਜੇ ਨੰਬਰ ਤੇ ਆ ਗਈ ਜਿਹਨੂੰ ਰੀਡ ਦੀ ਹੱਡੀ ਕਹਿੰਦੇ ਐ ਜਥੇਦਾਰ ਸਾਹਿਬ ਕੌਮ ਦੀ ਉਹ ਰੀਡ ਦੀ ਹੱਡੀ ਦਾ ਕੀ ਕੀਤਾ ਫੇਰ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਮਾਨਮੱਤੀ ਸੰਸਥਾ ਸੀ ਅਕਾਲੀ ਦਲ ਦੀ ਜਿਹੜੀ ਉਹਦੇ ਹਿੱਤਾਂ ਤੇ ਕੌਮ ਦੇ ਹਿੱਤਾਂ ਤੇ ਸਿੱਖ ਕੌਮ ਦੇ ਹਿੱਤਾਂ ਤੇ ਪਹਿਰਾ ਦੇਣ ਵਾਸਤੇ ਬਣਾਈ ਗਈ ਸੀ ਇਹ 20 ਸਾਲਾਂ ਤੋਂ ਉਹ ਪੰਥ ਦੀ ਪਾਰਟੀ ਪੰਥ ਦੀ ਸੰਸਥਾ ਨੂੰ ਪੰਜਾਬ ਦੀ ਸੰਸਥਾ ਕਿਹਨੇ ਬਣਾਤਾ ਜਿਹੜਾ ਪੰਥ ਤੋਂ ਪੰਜਾਬ ਵੱਲ ਸਫ਼ਰ ਹੋਇਆ ਉਹਦੇ ਰਥਬਾਨ ਕੌਣ ਸੀਗੇ ਜਿਹੜਾ ਅੱਜ ਜਹੇਦਾਰ ਨੇ ਕਿਹਾ ਨਾ ਵੀ ਹੁਣ ਪੰਜਾਬ ਤੋਂ ਪੰਥ ਵੱਲ ਸਫ਼ਰ ਕਰਨਾ ਪਊ ਪਹਿਲਾਂ ਪੰਥ ਤੋਂ ਪੰਜਾਬ ਵੱਲ ਕੀਨੇ ਕਰਵਾਇਆ ਸਫ਼ਰ ਕਿਹੜੇ ਲੋਕਾਂ ਨੇ ਪੰਥ ਤੋਂ ਪੰਜਾਬ ਵੱਲ ਲੱਗੇ ਕੀ ਉਹਨਾਂ ਤੋਂ ਇਹ ਉਮੀਦ ਰੱਖੀ ਜਾ ਸਕਦੀ ਹੈ ਵੀ ਉਹੀ ਮੁੜ ਕੇ ਪੰਥ ਤੋਂ ਪੰਜਾਬ ਵੱਲ ਆਉਣਗੇ ਇਹ ਕੋਈ ਨਾਟਕ ਥੋੜਾ ਹੈ ਸਟੇਜ ਤੇ ਖੇਡਿਆ ਜਾ ਰਿਹਾ ਹੈ ਵੀ ਹੁਣ ਆਪਾਂ ਐ ਕਰ ਲਾਂਗੇ ਸੋ ਜਥੇਦਾਰ ਜੀ ਦੀਆਂ ਗੱਲਾਂ ਦੇਖਣ ਨੂੰ ਬੜੀਆਂ ਲੱਗਦੇ ਆਂ ਵੀ ਬੜੀਆਂ ਬੇਬਾਕ ਹੋ ਕੇ ਬੜੀਆਂ ਕਰਾਰੀਆਂ ਤੇ ਸੱਚੀਆਂ ਗੱਲਾਂ ਕਰਦੀਆਂ ਪਰ ਜਿਵੇਂ ਕਹਿੰਦੇ ਨਾ ਧੂਆਂ ਬਹੁਤਾ ਹੈ ਤੇ ਵਿੱਚ ਸੇਕ ਪੂਰਾ ਵੀ ਜਾਂ ਬਹੁਤ ਘੱਟ ਹੈ ਸੋ ਇਹਦੇ ਬਾਰੇ ਬਹੁਤਾ ਨਾ ਬੋਲੀਏ ਕਿ ਸ਼ਰੋਮਣੀ ਅਕਾਲੀ ਦਲ ਨੂੰ ਕੀ ਬਣਾਤਾ ਤਿਹੋ ਕਿ ਨਾ ਕਿ ਕਿਰਤੀਆਂ ਦੀ ਪਾਰਟੀ ਸੀ ਮਜ਼ਦੂਰਾ ਕਿਸਾਨਾਂ ਦਾ ਭਾਵ ਕਿਰਤੀ ਹੈ ਕਿਰਤੀਆਂ ਦੀ ਪਾਰਟੀ ਨੂੰ ਸਰਮਾਇਦਾਰਾਂ ਦੀ ਕਹਿੰਦਾ ਕਦੇ ਵੀ ਪਾਰਟੀ ਨਹੀਂ ਸੀ ਜਦੋਂ ਕਹਿਣ ਦਾ ਹੈ ਭਾਵ ਹੈ ਕਿ ਅੱਜ ਸਰਮਾਇਦਾਰਾਂ ਦੀ ਪਾਰਟੀ ਬਣ ਗਈ ਤੇ ਇਹ ਸਰਮਾਇਦਾਰਾਂ ਦੀ ਪਾਰਟੀ ਬਣਾਈ ਕੀ ਨੇ ਕੌਣ ਆਓ ਸਰਮਾਇਦਾਰ ਉਹ ਸਰਮਾਇਦਾਰ ਸ਼ਰਾਬਾਂ ਦੇ ਠੇਕੇਦਾਰ ਰੀਅਲਟਰ ਬਿਲਡਰ ਸਮਗਲਰ ਹਰ ਕਿਸਮ ਦੇ ਦੋ ਨੰਬਰ ਦਾ ਧੰਦਾ ਕਰਨ ਵਾਲੇ ਉਹਨਾਂ ਦੀ ਪਾਰਟੀ ਬਣੀ ਕੱਢ ਕੇ ਦੇਖੋ ਜਿਹੜੇ ਚਿਹਰੇ ਬੈਠੇ ਹੁੰਦੇ ਨੇ ਜਿਹੜੇ ਹੁਣ ਥੋੜੇ ਜੇ ਰਹਿ ਗਏ ਨਾ ਉਹ ਕਦੇ ਗਵਰਨਰ ਕੋਲੇ ਜਾਂਦੇ ਆ ਕਦੇ ਕੋਈ ਮਤਾ ਪਾਸ ਕਰਦੇ ਨੇ ਫੋਟੋਆਂ ਦੇਖੋ ਚਿਹਰੇ ਦੇਖ ਲਓ ਸਾਰੇ ਉਹਨਾਂ ਚੋਂ ਕਿ ਕਿਹੜਾ ਕੋਈ ਕਰਤੀ ਹੈ ਉਹ ਦਿਨਾਂ ਦੇ ਵਿੱਚ ਡਿਹਰਵਾਪਤੀ ਕਿਵੇਂ ਬਣ ਗਏ ਕਰੋੜਾਪਤੀ ਕਿਵੇਂ ਬਣ ਗਏ ਸੋ ਉਹਨਾਂ ਨੇ ਸਾਰੇ ਇੱਕੋ ਕਾਰਮ ਕੀਤੇ ਐ ਸੋ ਇਹ ਸੰਸਥਾਾਂ માં ਤਿੰਨ ਜਿਹੜੀਆਂ ਆਪਾਂ ਕਹੀਏ ਇਹਨਾਂ ਨੂੰ ਜਿਹੜੀ ਸ਼ੁਰੂ ਢਾ ਲਾਈ ਬਾਬਕਾਰ ਸੰਸਥਾਾਂ ਨੂੰ ਇਹਨਾਂ ਦੀ ਇਹਨਾਂ ਦਾ ਬਕਾਰ ਕੱਟੇ ਰੋਲ ਐ ਇਹਨਾਂ ਦੀ ਭਰੋਸੇਯੋਗਤਾ ਕਾਤਮ ਕੀਤੀ ਉਹ ਬਾਦਲ ਨੇ ਕੀਤੀ ਹੁਣ ਚੌਥੇ ਨੰਬਰ ਤੇ ਆਪਾਂ ਸਰਕਾਰ ਦੀ ਗੱਲ ਆ ਜਗੀ ਹੁਣ ਜੇ ਸਰਕਾਰ ਸਿੱਖ ਪਾਰਟੀ ਦੇ ਹੱਥ ਚ ਆ ਗਈ ਅਕਾਲੀ ਦਲ ਦੇ ਹੱਥ ਚ ਆ ਗਈ ਤੇ ਉਹਨੂੰ ਪੰਥਕ ਸਰਕਾਰ ਕਿਹਾ ਗਿਆ ਹੁਣ ਉਹ ਪੰਥਕ ਸਰਕਾਰ ਜੇ ਪੰਥਕ ਹੁੰਦੀ ਤਾਂ ਪੰਥ ਦੇ ਹਿੱਤਾਂ ਤੇ ਪਹਿਰਾ ਦਿੰਦੀ ਉਹ ਪੰਜਾਬ ਦੇ ਸਾਧਨਾਂ ਨੂੰ ਪੰਜਾਬ ਦੀ ਅਫਸਰशाही ਨੂੰ ਪੰਜਾਬ ਦੀ ਪੁਲਿਸ ਨੂੰ ਉਹ ਸਿੱਖ ਹਿੱਤਾਂ ਦੀ ਪੂਰਤੀ ਵਾਸਤੇ ਸਿੱਖ ਮੇਰਾ ਕਹਿਣ ਤੋਂ ਭਾਵ ਕੋਈ ਤੰਗ ਨਜ਼ਰੀ ਨਹੀਂ ਜਦੋਂ ਸਿੱਖ ਹਿੱਤਾਂ ਦੀ ਗੱਲ ਕੀਤੀ ਇਹਦੇ ਚ ਮਾਨਵਤਾ ਦੇ ਹਿੱਤਾ ਜਾਂਦੇ ਨੇ ਸਿੱਖ ਦਾ ਕੋਈ ਕਰਮ ਕੋਈ ਹਿਤ ਅਜੇਹਾ ਨਹੀਂ ਹੋ ਸਕਦਾ ਜਿਹੜਾ ਮਾਨਵਤਾ ਦੇ ਉਲਟ ਜਾਂਦਾ ਹੋ। ਪਰ ਫਿਰ ਵੀ ਇੱਕ ਸਿੱਖ ਡਿਸਟਿੰਕਟ ਬਖਰਾ ਭਾਈਚਾਰਾ ਹੈ ਤਾਂ ਉਹਦੇ ਆਪ ਦੇ ਕੁ ਵਿਸ਼ੇਸ਼ ਇਤਨ ਉਹ ਹਿਤ ਠੀਕ ਰਹਿਣਗੇ। ਉਹਨਾਂ ਤਾਂ ਉਹਦੇ ਨਾਲ ਮਾਨਵਤਾ ਦੀ ਭਲਾਈ ਹੋ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਊਗੀ। ਸੋ ਇਹ ਹੁਣ ਦੇਖ ਲਓ ਆ ਚਾਰ ਮੈਂ ਪੱਖ ਕਨਾਂ ਤੇ ਅਕਾਲ ਤਖਤ ਸਾਹਿਬ ਐਸਜੀਪੀਸੀ ਅਕਾਲੀ ਦਲ ਤੇ ਸਰਕਾਰ ਇਹ ਚਾਰਾਂ ਤੇ ਪਿਛਲੇ ਸਮੇਂ 'ਚ ਗੱਲ ਬਾਕੀ ਦਾ ਰਿਹਾ ਹੈ ਤੇ ਉਹਦੀ ਵਰਤੋਂ ਕਿਵੇਂ ਹੋਈ ਹੈ ਉਹਦਾ ਹਾਲ ਕੀ ਕੀਤਾ ਹੈ ਆ ਕਾਰਨਾਂ ਜਿਹਦੇ ਕਰਕੇ ਇਹ ਆਪਾਂ ਕਹਿ ਸਕਦੇ ਆ ਕਿ ਉਹਦੀ ਭਰੋਸੇਯੋਗਤਾ ਖਤਮ ਹੋ ਗਈ ਹੁਣ ਉਹ ਅੱਗੇ ਜਾ ਕੇ ਜੇਹਜ਼ਾਰ ਕਹਿੰਦੇ ਨੇ ਕਿ ਜਦੋਂ ਭਰੋਸੇਯੋਗਤਾ ਖਤਮ ਹੋ ਜੇ ਉਹਦੇ ਨਾਲ ਫਰਕ ਕੀ ਪੈਂਦਾ ਹੈ ਉਨੇ ਕਹਤੇ ਕੌਮ ਹੋਵੇ ਫੌਜ ਹੋਵੇ ਉਹ ਜਾਬਤਾ ਕਾਇਮ ਰੱਖਦੀ ਹੈ ਉਹਨਾਂ ਸ਼ਾਸ਼ਨ ਤੇ ਜਾਬਤੇ ਬਿਨਾਂ ਕੋਈ ਜੰਗ ਨਹੀਂ ਲੜੀ ਜਾ ਸਕਦੀ ਫੌਜ ਜੇ ਜੰਗਣੀ ਜੇ ਜਾਬਤੇ ਬਿਨਾਂ ਲੜੂ ਹਾਰ ਜੂਗੀ ਤੇ ਜਾਬਤੇ ਨਾਲ ਹੀ ਜੰਗ ਜਿੱਤ ਸਕਦੀ ਹੈ ਉਹ ਕਹਿੰਦਾ ਵੀ ਇਹ ਵੀ ਕੌਮ ਦਾ ਹੈ ਇੱਥੇ ਇੱਕ ਬਹੁਤ ਵੱਡੀ ਜਾਂ ਕੁਤਾਹੀ ਹੋਈ ਹੈ ਜਾਂ ਨਾ ਤਾਂ ਉਹ ਕਾਈ ਹੋਈ ਹੈ ਜਥੇਦਾਰ ਤੋਂ ਇਹ ਫੌਜ ਤੇ ਕੰਮ ਨੂੰ ਦੀ ਤੁਲਨਾ ਕਰ ਦੇਣੀ ਇੱਕੋ ਬਰਾਬਰ ਰੱਖ ਲੈਣਾ ਫੌਜ ਤਨਖਾਹਦਾਰ ਕਾਮਿਆਂ ਦੀ ਸੰਸਥਾ ਉੱਥੇ ਤਨਖਾਹਾਂ ਲੈਣ ਵਾ ਲੈ ਕੇ ਬੰਦੇ ਮਰਦੇ ਨੇ ਬਿਨਾਂ ਤਨਖਾਹ ਤੋਂ ਕੋਈ ਮਰਦਾ ਨਹੀਂ ਹੁੰਦੀ ਰੁਜ਼ਗਾਰ ਵਾਸਤੇ ਜਾਂਦੇ ਕਮਾਉਣ ਜਾਂਦੇ ਆ ਇਹ ਠੀਕ ਆ ਉਹਨਾਂ ਦਾ ਜ਼ਿੰਮੇਵਾਰੀ ਦਾ ਕੰਮ ਹੀ ਇਹ ਆ ਕਿ ਉੱਥੇ ਜਾ ਕੇ ਸਰਦਾਂ ਦੀ ਜਾਂ ਜੋ ਵੀ ਹਾਕਮ ਉਸ ਮੌਕੇ ਦੇ ਵਰਗ ਨੂੰ ਉਹਨਾਂ ਦੇ ਹਤਾਂ ਦੀ ਰਾਖੀ ਕਰਨੀ ਉਹਨਾਂ ਲਈ ਲੜਨਾ ਉਹ ਕਰਦੇ ਕੀ ਅੰਤਲ ਮੈਂ ਇੱਥੇ ਬਹੁਤਾ ਡਿਟੇਲ ਚ ਨਹੀਂ ਜਾਂਦਾ ਆਪਾਂ ਜੀ ਇਸ ਤੇ ਨਹੀਂ ਖੋਲਾਂਗੇ ਪਰ ਉਹ ਜਿਹੜੀ ਹੈਗੀ ਹੈ ਆਪਣੀ ਫੌਜ ਉਹ ਤਾਂ ਸੇਵਾਦਾਰ ਨੇ ਕਿਸੇ ਦੇ ਗੁਲਾਮ ਨਾ ਉਹ ਜਿਵੇਂ ਉੱਪਰ ਆਉਂਦੀ ਜਨਾਬ ਉਸ ਤੋਂ ਇੱਕੋ ਹੀ ਗੱਲ ਸਿੱਖਿਆ ਹੁਕਮ ਆਇਆ ਕੀ ਜਨਾਬ ਅੰਨੇ ਵਾ ਅੱਖਾਂ ਮੀਚ ਕੇ ਹੁਕਮਾਂ ਦੀ ਪਾਲਣਾ ਕਰਨ ਵਾਲੀ ਸੰਸਥਾ ਉਹ ਇਹਦੇ ਬਾਰੇ ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ ਤੇ ਪੰਥ ਦੀ ਉਹਦੇ ਨਾਲ ਤੁਲਨਾ ਕਰਦੇ ਨਹੀਂ ਕਿ ਜਥੇਦਾਰ ਭੁੱਲ ਗਏ ਮਤਲਬ ਪੰਥ ਦੀ ਸਾਜਣਾ ਕਿਸ ਮਕਸਦ ਵਾਸਤੇ ਕਿਵੇਂ ਹੋਈ ਸੀ ਪਹਿਲਾਂ ਤੇ ਇਹ ਹੀ ਦੇਖ ਲੋ ਤੇ ਕਿਸ ਮਕਸਦ ਵਾਸਤੇ ਹੋਈ ਸੀ ਤੂੰ ਕਿੱਥੇ ਖੜ੍ਹ ਤੇ ਉਸੇ ਕੇਸਗੜ ਸਾਹਿਬ ਤੇ ਖੜ੍ਹ ਤੇ ਮਤਲਬ ਇਹ ਗੱਲ ਕਹਿ ਰਹੇ ਹੋ ਮੇਰੇ ਮੁਤਾਬਕ ਇਸ ਦਾ ਇਹ ਤਾਂ ਬਹੁਤ ਵੱਡੀ ਕੁਤਾਹੀ ਹੈ। ਭੁੱਲ ਭੁਲੇਖੇ ਹੋਈ ਅਗਿਆਨਤਾ ਚ ਹੋਈ। ਜਾਂ ਇੱਕ ਆਵਦੀ ਗੱਲ ਨੂੰ ਵਜਨ ਦੇਣ ਵਾਸਤੇ ਗੱਲ ਕਰਤੀ। ਇਹਦੇ ਨਾਲ ਸਾਡਾ ਮਤਲਬ ਨਹੀਂ। ਗੱਲ ਹੈ ਕਿ ਇਹ ਗੱਲ ਬਹੁਤ ਗਲਤ ਹੈ। ਖਾਲਸਾ ਪੰਥ ਦੀ ਸਾਜਣਾ ਏਡੇ ਲੋਬਲ ਕਾਰਜ ਵਾਸਤੇ ਏਡੇ ਨੇਕ ਕਾਰਜ ਵਾਸਤੇ ਹੋਈ ਜੀ ਤੋਂ ਉੱਪਰ ਹੋਰ ਕੋਈ ਨੇਕ ਕਾਰਜ ਹੋ ਹੀ ਨਹੀਂ ਸਕਦਾ। ਤੇ ਜਦੋਂ ਹੋਈ ਉਦੋਂ ਗੁਰੂ ਤੇ ਪੰਜਾਂ ਪਿਆਰਿਆਂ ਦਾ ਗੁਰੂ ਤੇ ਸੰਗਤ ਦਾ ਰਿਸ਼ਤਾ ਡਿਫਾਈਨ ਕਰਤਾ ਗੁਰੂ ਸਾਹਿਬ ਨੇ ਅਮਲ ਤੌਰ ਤੇ ਅਮਲੀ ਦਿਖਾ ਕੇ ਜਿੱਥੇ ਸੰਗ ਗੁਰੂ 20ਵੇਂ ਹੈ ਤੇ ਸੰਗਤ 21ਵੇਂ ਹੈ ਫੌਜੇ ਗੱਲ ਹੋ ਸਕਦੀ ਹੈ ਉਹ ਖਾਲਸਾ ਸਵੈਚਤਨ ਹੈ ਉਹ ਗੁਰੂ ਨੂੰ ਵੀ ਸਵਾਲ ਕਰ ਸਕਦਾ ਹੈ ਉਹ ਅੱਖਾਂ ਮੀਚ ਕੇ ਹੁਕਮ ਜੀ ਜਨਾਬ ਵਾਲਾ ਨਹੀਂ ਉਹ ਉਪਰ ਜਾਨੀ ਕੋਈ ਉਹ ਗੁਲਾਮ ਨਹੀਂ ਕਿਸੇ ਦਾ ਹੁਣ ਤਾਂ ਗੁਲਾਮੀ ਦਾ ਫਸਤਾ ਵੱਡਣਾ ਹੈ ਸਾਰੀ ਦੁਨੀਆ ਤੋਂ ਸਾਰੀ ਕਾਇਨਾਤ ਤੋਂ ਇਹ ਦੋ ਗੱਲਾਂ ਨੂੰ ਤੁਸੀਂ ਮੇਲ ਕਿਵੇਂ ਦਿੱਤਾ ਇੱਥੋਂ ਪਤਾ ਲੱਗਦਾ ਜੇ ਅਕਾਲ ਤਖਤ ਦੇ ਜਥੇਦਾਰ ਦੀ ਖਾਲਸਾ ਪੰਥ ਬਾਰੇ ਸਮਝ ਇੱਥੇ ਖੜੀ ਹੈ ਫਿਰ ਕੀ ਉਮੀਦ ਰੱਖ ਸਕਦੇ ਹਾਂ ਜਥੇਦਾਰ ਸਾਹਿਬ ਸੋਚਿਓ ਗੌਰ ਨਾਲ ਇਹ ਗੁੱਸਾ ਨਾ ਕਰਿਓ ਇਹਨਾਂ ਗੱਲਾਂ 'ਤੇ ਇਹ ਜਿਹੜਾ ਅੱਜ ਕੱਲ ਕੂਕ ਰਹੇ ਨਾ ਬੰਦੇ ਸੰਵਾਦ ਨਹੀਂ ਚੱਲ ਰਿਹਾ ਸੰਵਾਦ ਨਹੀਂ ਚੱਲ ਰਿਹਾ ਆ ਸੰਵਾਦ ਹੀ ਆਓ ਜਵਾਬ ਦਿਓ ਜਿੱਥੇ ਮਰਜੀ ਵੀਡੀਓ ਰਾਹੀ ਦੇਣਾ ਵੀਡੀਓ ਰਾਹੀ ਦੇ ਲੋ ਵੈਸੇ ਮੇਰੀ ਇਹ ਨੰਬਰ ਬੇਨਤੀ ਹੈ ਇਹਨਾਂ ਗੱਲਾਂ ਬਾਰੇ ਕੋਈ ਬਣਾਓ ਇਹ ਜਾ ਮੰਚ ਫੋਰਮ ਜਿੱਥੇ ਇਹ ਗੱਲਾਂ ਵਿਚਾਰੀਆਂ ਜਾ ਸਕਣ ਇਹ ਨਹੀਂ ਕਿ ਜੋ ਮੂੰਹ ਚਾਇਆ ਬੜਵਾਏ ਉਹ ਬੋਲਤਾ ਬਹੁਤ ਸੰਭਲ ਕੇ ਚੱਲੋ ਸਮਾਜ ਜਥੇਦਾਰ ਨਹੀਂ ਦੱਸਦਾ ਬਹੁਤ ਖਤਰਨਾਕ ਆ ਰਿਹਾ ਹੈ ਆ ਹੀ ਗਿਆ ਤੇ ਜੇ ਉਹਦੇ ਚੋਂ ਪੰਥ ਨੂੰ ਬਚਾਉਣਾ ਤਾਂ ਬਹੁਤ ਕੁਝ ਕਰਨਾ ਪਊਗਾ ਸੋ ਇਹ ਗੱਲ ਜਿਹੜੀ ਹੈਗੀ ਹੈ ਜਾਵਤਾ ਕਾਇਮ ਕਰਨ ਵਾਲੀ ਕਿ ਜਾਵਤੇ ਨਾਲ ਸੰਸਥਾ ਵੱਚ ਜੂ ਸਿੱਖ ਸੰਸਥਾਵਾਂ ਚ ਜਾਵਤਾ ਮਾਈਨਰ ਫੈਕਟਰ ਹੈ ਬਹੁਤ ਬਹੁਤ ਮਾਈਨਰ ਤੇ ਉਹ ਜਿਹੜਾ ਜਾਗਦਾ ਉਹ ਠੋਸਿਆ ਨਹੀਂ ਜਾਂਦਾ ਉਹ ਸੁਭਾਇ ਜਾਗਦਾ ਬੰਦੇ ਦਾ ਜ਼ਿੰਮੇਵਾਰੀ ਦੀ ਭਾਵਨਾ ਚ ਆਪਣੇ ਆਪ ਹੀ ਉਹ ਜ਼ਿੰਮੇਵਾਰੀ ਦੀ ਭਾਵਨਾ ਤਾਂ ਵਿਕਸਿਤ ਹੋਊਗੀ ਕਿ ਉਹਨੂੰ ਇਸ ਕਰਦਾ ਅਹਿਸਾਸ ਹੋ ਉਹਨੂੰ ਇਸ ਤਰ੍ਹਾਂ ਇਸ ਦੇ ਕਾਬਿਲ ਬਣਾਇਆ ਗਿਆ ਹੋ ਕਿ ਇਹ ਮੇਰੀ ਸੰਸਥਾ ਹੈ ਇਹ ਲਫਾਫਾ ਕਲਚਰ ਚਪੜਾਸੀਆਂ ਵਾਂਗੂ ਜਥੇਦਾਰ ਹਟਾਉਣੇ ਐਸਜੀ ਦੇ ਐਸਜੀਪੀ ਦੇ ਪ੍ਰਧਾਨ ਦੀ ਬੇਕਦਰਹੀ ਕਰਨੀ ਇਹ ਸਾਰੇ ਕੁਸ਼ ਇਹ ਜਾਵਤੇ ਦੇ ਡੰਡੇ ਨਾਲ ਇਹ ਦੁਨਿਆਵੀ ਸੰਸਥਾਵਾਂ ਵਿੱਚ ਚੱਲ ਜਾਂਦਾ ਹੈ ਵੈਸੇ ਅੱਜ ਕੱਲ੍ਹ ਉੱਥੇ ਵੀ ਫੇਲ ਹੋ ਰਿਹਾ ਪੱਛਮ ਨੇ ਜਿਹੜਾ ਸਾਰਾ ਲਿਆਂਦਾ ਉੱਥੇ ਵੀ ਜਮੂਰੀ ਢੰਗ ਲਿਆਂਦੇ ਉਹ ਪੁੱਗ ਚੱਕੇ ਨੇ ਸਾਰੇ ਸਿਰਫ ਜਾਵਤੇ ਵਾਲੇ ਹਰ ਗੱਲ ਤੇ ਸਵਾਲ ਖੜਾ ਕੀਤਾ ਜਾਂਦਾ ਹੈ ਹਰ ਗੱਲ ਤੇ ਡਿਬੇਟ ਕੀਤੀ ਜਾਂਦੀ ਹੈ ਸੋ ਇਹ ਜਾਵਤੇ ਦਾ ਇੱਥੇ ਨਾ ਬੇਰਵਾ ਪਾਉ ਇਜਾਬਤਾ ਹੋਰ ਤਬਾਹ ਕਰੂ ਤੁਹਾਨੂੰ ਸੋ ਇਹ ਤਾਂ ਸੀਗਾ ਉਹਨਾਂ ਦਾ ਇਹ ਕਹਿਣਾ ਤੇ ਇਹ ਜਿਹੜਾ ਜਾਬਤਾ ਹੈਗਾ ਇਹ ਕਮਜ਼ੋਰ ਹੋ ਗਿਆ ਜਿਹਦੇ ਚੋਂ ਹੁੰਲੜਵਾਜੀ ਵਧ ਗਈ ਉਹ ਹੁੰਲੜਵਾਜੀ ਦੇ ਕਾਰਨ ਕਿਤੇ ਹੋਰ ਪੈਣ ਵੱਢੀ ਹੁਣ ਅੱਗੇ ਜੋ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਕੌਮ ਦੀ ਰੀੜ ਦੀ ਹੱਡੀ ਇਸ ਨੂੰ ਸਰਕਾਰ ਨੇ ਤੋੜਤਾ ਹੁਣ ਰੀੜ ਦੀ ਹੱਡੀ ਟੁੱਟ ਗਈ ਕਿਸੇ ਕੌਮ ਦੀ ਇਹ ਤਾਂ ਬਹੁਤ ਵੱਡੀ ਗੱਲ ਉਹ ਕੌਮ ਬਚੂ ਕਿਵੇਂ ਇਹ ਵੀ ਠੀਕ ਹੈ ਸਰਕਾਰ ਨੇ ਤੋੜਤਾ ਤੇ ਉਹਨੇ ਇਹ ਵੀ ਖਾਤਿਸ਼ਾ ਜਾਰੀ ਕੀਤਾ ਕਿ ਕੱਲਾ ਜੇ ਅੱਜ ਵੀ ਨਾ ਜਾਗੇ ਅਸੀਂ ਅਜੇ ਵੀ ਨਾ ਸੰਭਲੇ ਤੇ ਐਸ ਜੀ ਪੀ ਸੀ ਨੂੰ ਵੀ ਤੋੜੂ ਇਹਦੇ ਵੀ ਟੁਕੜੇ ਕਰੂੰਗਾ ਠੀਕ ਜਥੇਦਾਰ ਜੀ ਇਹ ਐਸਜੀਪੀਸੀ ਨੂੰ ਤੋੜਨ ਦੇ ਯਤਨ ਕਦੋਂ ਨਹੀਂ ਹੋਏ ਸਾਰਾ ਇਤਿਹਾਸ ਪੜ੍ਹ ਲਓ 1920 ਤੋਂ ਲੈ ਕੇ ਜਿਹੜੀ ਵੀ ਸਮੇਂ ਦੀ ਹਕੂਮਤ ਰਹੀ ਹੈ ਜਿਹੜੀ ਵੀ ਅੰਗਰੇਜ਼ ਹੋਣ ਕਾਂਗਰਸ ਹੋਵੇ ਬੀਜੇਪੀ ਹੋਵੇ ਸਭ ਨੇ ਇਹ ਯਤਨ ਕੀਤਾ ਜਾਓ ਜਰਾ ਉਸ ਤੇਾਸ ਦੇ ਦੌਰ ਬਾਰੇ ਜਦੋਂ ਮਾਸਟਰ ਤਾਰਾ ਤੋਂ ਬੜਾ ਰੜਕਦਾ ਹੁੰਦਾ ਸੀਗਾ ਕਾਂਗਰਸ ਸਰਕਾਰ ਨੂੰ ਕਿਵੇਂ ਖੜੇ ਕੀਤੇ ਗਏ ਬੰਦੇ ਉਦਮਸੂ ਨਾਗੋ ਕੋ ਤੇ ਲੈ ਕੇ ਇੱਕ ਲਾਈਨ ਲੱਗੀ ਪਈ ਆ ਪੂਰੀ ਬੰਦਿਆਂ ਦੀ ਗਿਆਨੀ ਕਰਤਾਰ ਸਿੰਘ ਤੱਕ ਅੰਦਰੋਂ ਬੰਦੇ ਤੋੜ-ਤੋੜ ਕੇ ਨਹਿਰੋਂ ਤੇ ਨਹਿਰੂ ਤੇ ਕੈਰੋਂ ਨੇ ਰੜਕੀ ਉਸ ਜੋੜੀ ਨੇ ਉਹ ਕਿੱਲੇ ਯਤਨ ਕੀਤੇ ਸੀ ਐ ਜੀ ਪੀ ਸੀ ਨੂੰ ਤੋੜਨ ਦੇ ਪਰ ਟੁੱਟੀ ਨਹੀਂ ਸੀ ਫਰੋਲੋ ਤੇ ਆਸ ਦੇ ਵਰਕੇ ਜਾਓ 1960 ਜਦੋਂ ਚੋਣ ਹੋਈ ਇਲੈਕਸ਼ਨਾਂ ਹੋਈਆਂ ਸੀ ਐ ਜੀ ਪੀ ਸੀ ਦੀਆਂ ਉਦੋਂ ਇੱਕ ਸਾਤ ਸੰਗਤ ਬੋਰਡ ਬਣਿਆ ਸੀ ਜਥੇਦਾਰ ਜੀ ਉਹ ਸਾਤ ਸੰਗਤ ਬੋਰਡ ਚ ਕਾਂਗਰਸ ਵੀ ਸੀ ਕਮਿਊਨਿਸਟ ਵੀ ਸੀ ਸਿੱਖਾਂ ਚੋਂ ਪਘੋੜੇ ਹੋਏ ਲੋਕ ਵੀ ਸੀ ਮਲ ਜੋ ਵੀ ਗੰਧ ਪਿੱਲ ਕਹਿ ਲੋ ਉਹ ਸਾਰਾ ਕੁਝ ਇਕੱਠਾ ਹੋ ਗਿਆ ਸੀ ਸਾਧ ਸੰਗਤ ਬੋਰਡ ਕਿੰਨਾ ਭੁਲੇਖਾ ਪਾਉ ਨਾ ਬਣਾਇਆ ਸੀ ਉਹ ਐਸਜੀਪੀਸੀ ਨੂੰ ਤੋੜਨ ਦਾ ਯਤਨ ਨਹੀਂ ਸੀ ਉਹ ਤੇ ਕਬਜ਼ਾ ਕਰਨ ਦਾ ਯਤਨ ਨਹੀਂ ਸੀ ਉਹ ਅੰਕੜੇ ਫਰੋਲੋ ਜਾ ਕੇ ਉਹਨੂੰ ਵੋਟ ਕਿੰਨੀ ਪਈ ਸੀ ਦੋ ਸੀਟਾਂ ਜਿੱਤੇ ਸੀ ਸਾਰੇ ਪੰਜਾਬ ਚੋਂ ਇਹ ਵੀ ਸ਼ਾਇਦ ਮੈਥੋਂ ਗਲਤੀ ਹੋ ਰਹੀ ਹੈ ਮੇਰੇ ਖਿਆਲ ਸ਼ਾਇਦ ਇੱਕ ਵੀ ਨਹੀਂ ਸੀ ਜਿੱਤੇ ਮੈਂ ਉਦੋਂ 10-12 ਸਾਲਾਂ ਦਾ ਸੀ ਮੈਨੂੰ ਪੂਰਾ ਚੇਤ ਹੈ ਮੈਨੂੰ ਇਤਿਹਾਰ ਯਾਦ ਨਾਲ ਉਲੀਤੇ ਪਈ ਉਹ ਜਦੋਂ ਆ ਕੇ ਆਪ ਦਾ ਚੋਣ ਪ੍ਰਚਾਰ ਕਰਦੇ ਸੀ ਕੀ ਬੋਲਦੇ ਸੀ ਉਹ ਅਜੇ ਤੱਕ ਚੇਤੇ ਚ ਪਈਆਂ ਗੱਲਾਂ ਇਹ ਤੁਹਾਨੂੰ ਇਹ ਲੱਗਦਾ ਕਿ ਅੱਜ ਹੀ ਯਤਨ ਹੋਏ ਉਦੋਂ ਕਾਰਗਰ ਨਹੀਂ ਹੋਏ ਕਿਉਂਕਿ ਸੰਸਥਾ ਅੰਦਰੋਂ ਮਜ਼ਬੂਤ ਸੀ ਉਹਦਾ ਪੰਥਕ ਖਾਸਾ ਸੀ ਅੱਜ ਦੇ ਜਿਹੜੇ ਯਤਨ ਹੈ ਉਹ ਕਾਰਗਰ ਹੋ ਰਹੇ ਨੇ ਕਿਉਂ ਕਿਉਂਕਿ ਸੰਸਥਾ ਕਮਜ਼ੋਰ ਹੋਗੀ ਹੱਡੀ ਕਮਜ਼ੋਰ ਹੋਗੀ ਰੀੜ ਦੀ ਤੇ ਕਮਜ਼ੋਰ ਕਿਨੇ ਕੀਤੀ ਮੈਂ ਪਹਿਲਾਂ ਦੱਸ ਆਇਆ ਉਹਦੇ ਬਾਰੇ ਐਵੇਂ ਨਾ ਹੁਣ ਪੜਦੇ ਜੇ ਪਾਓ ਲਿਪਾ ਪੋਚੀ ਨਾ ਕਰੋ ਅੰਗਰੇਜ਼ੀ ਦਾ ਹੈ ਨਾ ਇੱਕ ਕਾਲ ਇਸਪੇਡ ਇਸਪੇਡ ਜੋ ਗੱਲ ਹੈ ਸਿੱਧੀ ਕਹੋ ਬਾਦਲਾਂ ਦੇ ਮਾਮਲੇ ਚ ਘੁੰਡ ਜਾ ਵੱਡ ਕੇ ਗੱਲ ਕਰਦੇ ਹੋ ਬਾਕੀ ਤੁਸੀਂ ਬੜਾ ਬੇਵਾਬ ਹੋ ਕੇ ਬੋਲਦੇ ਹੋ ਆਇ ਨਹੀਂ ਚਲਾ ਨਾ ਕੰਮ ਉਹ ਸਮਾਂ ਲੰਘ ਗਿਆ ਤੁਹਾਨੂੰ ਹੁੱਲੜਵਾਜੀ ਦਿਖਦੇ ਸੋਨੂੰ ਕੌਮ ਦੇ ਵਿੱਚ ਆਈ ਚੇਤਨਤਾ ਤੇ ਜਾਗਿਆ ਰੋ ਨਹੀਂ ਦਿਖ ਰਿਹਾ ਇਹ ਤੋਂ ਖਤਾ ਖਾਉਂਗੇ ਬਹੁਤ ਵੱਡੀ ਜੇ ਇਸ ਤਰੀ ਅੱਖਾਂ ਮਿੱਟੀ ਰੱਖੀਆਂ ਜੇ ਇਸੇ ਭੁਲੇਖੇ ਦਾ ਸ਼ਿਕਾਰ ਰਹੀ ਇਹ ਸਰਕਾਰਾਂ ਦਾ ਹੁੰਦਾ ਢੰਗ ਵੀ ਹੁੱਲੜਵਾਜਾਂ ਨੂੰ ਸ਼ਰਾਰਤੀ ਅਨਸਰਾਂ ਮਿਸਕਰੀਐਂਟਸ ਮਤਲਬ ਮੰਨ ਨਹੀਂ ਨੀ ਵੀ ਕੋਈ ਬੰਦੇ ਕਮਿਟਡ ਨੇ ਡੈਡੀਗੇਟਡ ਕਿਸੇ ਕਾਜ ਲਈ ਲੜ ਰਹੇ ਉਹਨਾਂ ਨੂੰ ਸ਼ਰਾਰਤੀ ਆਨਸਰ ਕਹਿ ਦਿਓ ਆ ਕਿਸਾਨ ਅੰਦੋਲਨ ਦੇ ਵਿੱਚ ਮਤਲਬ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਨੇ ਸਵਰਾਜ ਵੀਰ ਸਿੰਘ ਨੇ ਤਿੰਨ ਵਾਰ ਆਪ ਦਾ ਐਡੀਟੋਰੀਅਲ ਤੇ ਦੀਪ ਸਿੱਧੂ ਤੇ ਉਹਦੇ ਸਾਥੀਆਂ ਨੂੰ ਸ਼ਰਾਰਤੀ ਆਨਸਰ ਕਿਹਾ ਹਾਲਾਂਕਿ ਉਹ ਇੱਕ ਬਕਾਇਦਾ ਉਹਨਾਂ ਦੀ ਇੱਕ ਬੱਕਰੀ ਸੋਚ ਸੀ ਤੇ ਬੱਕਰੀ ਸੋਚ ਰੱਖਣੀ ਗੁਨਾਹ ਬਣ ਗਿਆ ਸੀ ਜਿਵੇਂ ਸੋ ਇਹ ਗੱਲਾਂ ਇਹ ਰੀਡ ਦੀ ਹੱਡੀ ਨੂੰ ਕਿਨੇ ਭੰਨਿਆ ਇਹ ਤਾਂ ਚੱਲੋਏ ਆ ਵੀ ਕੁਝ ਨੁਕਤਾ ਚੀਨੀ ਦੀਆਂ ਗੱਲਾਂ ਪਰ ਜਿਹੜੀ ਸਾਡੀ ਪਹੁੰਚ ਹੈ ਉਹ ਇੱਕ ਪਾਸੜ ਨਹੀਂ ਹੋਣੀ ਚਾਹੀਦੀ ਇਹ ਨਹੀਂ ਕਿ ਜਥੇਦਾਰ ਦੀਆਂ ਜਿਹੜੀਆਂ ਗਲਤ ਗੱਲਾਂ ਬਸ ਉਹ ਕਰਕੇ ਉਹਦੇ ਖਿਲਾਫ ਆਪਾਂ ਇੱਕ ਗੱਲ ਲੋਕਾਂ ਦੇ ਮਨਾਂ 'ਚ ਤੋਸਬ ਜੇ ਪੈਦਾ ਕਰ ਦਈਏ ਇਹ ਕਿਸੇ ਪੋਲੀਟੀਕਲ ਜਿਹੜੇ ਬੰਦੇ ਦੇ ਆਪਦੇ ਕੋਈ ਹਿੱਤ ਹੈ ਉਹ ਤਾਂ ਤਾਂ ਹੋ ਸਕਦਾ ਅਨਫੋਰਚੂਨੇਟਲੀ ਪੰਥ ਦੇ ਵਿੱਚ ਵੀ ਬੰਦੇ ਦਾ ਸਾਰਾ ਕਰਦਾਰ ਸਿਆਸੀ ਹੈ ਧਰਮ ਦੇ ਨਾਂ ਤੇ ਇੱਕ ਸਿਆਸੀ ਸਭ ਕੁਝ ਕੇ ਖੇਡਿਆ ਜਾ ਰਿਹਾ ਹੈ ਕਿਵੇਂ ਨਾ ਕਿਵੇਂ ਬਾਦਲਾਂ ਨੂੰ ਪਾਸੇ ਕਰਕੇ ਅੱਗੇ ਆਇਆ ਜਾਵੇ ਕਿਵੇਂ ਨਾ ਕਿਵੇਂ ਬਾਦਲਾਂ ਨੂੰ ਪਾਸੇ ਕਰਕੇ ਅੱਗੇ ਇੱਥੋਂ ਤੱਕ ਨਿਗਰਗੀ ਗੱਲ ਕਿ ਜਿਹੜੀ ਬੀਜੇਪੀ ਨੂੰ ਤੁਸੀਂ ਅੱਜ ਕਹਿਣੇ ਹੋ ਕਿ ਉਹ ਐ ਜੀ ਪੀ ਸੀ ਨੂੰ ਤੋੜਨ ਦੀ ਗੱਲ ਕਰਦੇ ਬੰਦੇ ਸ਼ਰੇਆਮ ਕਹਿਣ ਲੱਗ ਗਏ ਜੇ ਬਾਦਲਾਂ ਤੋਂ ਖੜਾ ਛਡਾਉਣ ਲਈ ਬੀਜੇਪੀ ਦੀ ਮਦਦ ਵੀ ਲੈਣੀ ਪਵੇ ਉਦੀ ਬੋਕਲ ਚ ਵੀ ਬੈਣਾ ਪਾਵੇ ਕੋਈ ਪਾਪ ਨਹੀਂ ਇਹ ਇੱਥੋਂ ਤੱਕ ਨਿੱਗਰ ਗਿਆ ਕੰਮ ਸੋ ਇਹ ਜਿਹੜੀ ਹੈਗੀ ਆਪਣੀ ਸਰਕਾਰ ਪਹਿਲਾਂ ਵੀ ਯਤਨ ਕਰਦੀ ਰਹੀ ਹੈ ਪੂਰੇ ਹੁਣ ਤਾਂ ਕਾਰਗਰ ਹੋ ਗਈ ਕਿਉਂਕਿ ਅੰਦਰੋਂ ਢਾਹ ਲਾਤੀ ਢਾਹ ਲਾਤੀ ਉਹਦਾ ਨਾਮ ਲਾਓ ਐਵੇਂ ਨਾ ਹੁਣ ਤੁਸੀਂ ਮਤਲਬ ਇੱਕੋਂਟ ਜਾ ਕੱਢਣ ਦੀ ਕੋਈ ਲੋੜ ਨਹੀਂ ਸਿੱਧਾ ਨਾਮ ਲਾਓ ਇਸ ਕਰਕੇ ਜਿੰਨਾ ਚਿਰ ਤੁਸੀਂ ਉਸ ਗੱਲ ਨੂੰ ਸਿੱਧਾ ਨਾ ਨਹੀਂ ਲਓਗੇ ਤੇ ਉਨਾ ਚਿਰ ਤੁਸੀਂ ਪੰਤਕ ਸੰਸਥਾਵਾਂ ਨੂੰ ਰੋਗ ਤੋਂ ਮੁਕਤ ਨਹੀਂ ਕਰ ਸਕੋ ਜੇ ਉਹਨਾਂ 'ਚ ਵੀ ਸਵਿਰਧਤਾ ਹੈ ਤਾਂ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਸਵੈ ਇੱਛਾ ਨਾਲ ਹੀ ਵੀ ਹੁਣ ਹੋਰ ਕੀ ਬਚਿਆ ਹੋਰ ਕੀ ਭਾਲਦੇ ਹੋ ਪਰ ਇੱਕ ਚੀਨੀ ਅਖਾਣ ਮੈਂ ਤੁਹਾਨੂੰ ਇੱਥੇ ਉਹਦਾ ਜ਼ਿਕਰ ਕਰਨਾ ਚਾਹੁੰਦਾ ਚੀਨ ਦੇ ਵਿੱਚ ਇੱਕ ਖਾਨ ਹੈ ਕਿ ਜਦੋਂ ਛੋਟੇ ਬੱਚੇ ਤੱਬ ਦੇ ਵਿੱਚ ਨਹਾਇਆ ਜਾਂਦਾ ਨਾ ਉਸ ਤੋਂ ਬਾਅਦ ਜਿਹੜਾ ਉਹ ਪਾਣੀ ਹੁੰਦਾ ਹੈ ਗੰਦਾ ਉਹ ਪਾਣੀ ਸੁੱਟ ਦਿੱਤਾ ਜਾਂਦਾ ਬੱਚਾ ਸੰਭਾਲ ਲਿਆ ਜਾਂਦਾ ਤੇ ਚੀਨ ਦੀ ਇੱਕ ਖਾਨ ਹੈ ਕਿ ਉਸ ਗੰਦੇ ਪਾਣੀ ਨਾਲ ਉਸ ਬੱਚੇ ਨੂੰ ਨਾ ਸੁੱਟ ਦਿਓ ਅਕਾਲੀ ਦਲ ਸਾਡੇ ਮੁਤਾਬਕ ਰੋਗ ਮੁਕਤ ਹੋਵੇ ਅਕਾਲੀ ਦਲ ਲੋੜ ਹੈ ਪੰਜਾਬ ਦੀ ਪੰਥ ਦੀ ਇੱਕ ਜੇਹੀ ਲਾਕਈ ਫੋਰਸ ਇਹੀ ਦੀ ਪਾਰਟੀ ਖੇਤਰੀ ਪਾਰਟੀ ਖੇਤਰੀ ਵੀ ਨਹੀਂ ਕੌਮੀ ਪਾਰਟੀ ਹੈ ਸਾਡੀ ਇਹ ਖੇਤਰੀ ਕਹਿੰਣਾ ਉਹਨੂੰ ਡਿਲੀਊਟ ਕਰਨਾ ਹੈ ਪੰਥ ਨੂੰ ਇੱਕ ਆਬਦੀ ਹੈ ਜੀ ਕੌਮੀ ਪਾਰਟੀ ਦੀ ਲੋੜ ਹੈ ਜਿਹੜੀ ਇਸੇ ਸਿਸਟਮ ਦੇ ਵਿੱਚ ਰਹਿੰਦੇ ਆ ਉਹਦੇ ਹਿਤਾਾਂ ਦੀ ਲੜਾਈ ਲੜ ਸਕੀ ਇਹ ਸੰਹਾਜ ਨੂੰ ਛੱਡ ਨਹੀਂ ਸਕਦੇ ਅਸੀਂ ਸੋ ਅਕਾਲੀ ਦਲ ਨੂੰ ਨõ ਬਰਨਾਉ ਕਰਨਾ ਇਹਨੂੰ ਇਹਨੂੰ ਖਤਮ ਨਹੀਂ ਕਰਨਾ ਚਾਹੀਦਾ ਇਹ ਖੇਡ ਜਿਹੜੇ ਬੰਦੇ ਆਪਦੇ ਬਾਦਲਾਂ ਨਾਲ ਵਿਰੋਧ ਚੋਂ ਜਾਣੇ ਅਣਜਾਣੇ ਕੰਮ ਕਰ ਰਹੇ ਹਨ ਉਹ ਦੁਸ਼ਮਨਾ ਦੇ ਹੱਥਾਂ 'ਚ ਖੇਡ ਰਹੇ ਅਕਾਲੀ ਦਲ ਨੂੰ ਬਚਾਓ ਅਕਾਲੀ ਦਲ ਨੂੰ ਸੰਭਾਲੋ ਅਕਾਲੀ ਦਲ ਨੂੰ ਮਜ਼ਬੂਤ ਕਰੋ ਉਹਦੇ ਲਈ ਬਾਦਲਾਂ ਨੂੰ ਲਾਂਬੇ ਕਰਨਾ ਲੋਡ ਬਣੀ ਹੋਈ ਐ ਤੇ ਬਾਦਲ ਵੀ ਜੇ ਅਜੇ ਕੁਝ ਥੋੜਾ ਬਹੁਤਾ ਕਾਉਮ ਦਾ ਭਲਾ ਕਰ ਸਕਦੇ ਉਹ ਸਬਾਇਤਾ ਨਾਲ ਪਾਸੇ ਹਟਣ ਨਹੀਂ ਸਭ ਕੁਝ ਜਾਊਗਾ ਹੁਣ ਉਹ ਕਹਿਣ ਨਾ ਵੀ ਅਸੀਂ ਆਪ ਦਾ ਬਚਾ ਲਾਂਗੇ ਉਹ ਤਰਲੇ ਹੁਣ ਉਹ ਨਹੀਂ ਚੱਲਣੀ ਸੋ ਮੈਂ ਜਿਹੜੀ ਗੱਲ ਕਰਦਾ ਸੀ ਕਿ ਜਥੇਦਾਰ ਨੇ ਕੁਝ ਗੱਲਾਂ ਬੜੀਆਂ ਵੱਡੀਆਂ ਵੀ ਕਹਿਤੀਆਂ ਤਕੜੀਆਂ ਕਹਿਤੀਆਂ ਦਲੇਰੀ ਨਾਲ ਕਹਿਤੀਆਂ ਉਹ ਗੱਲਾਂ ਕੀ ਜਥੇਦਾਰ ਨੇ ਕਿਹਾ ਕਿ ਮਹਾ ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ ਸੀ ਐਸਡੀਪੀਸੀ ਨੂੰ ਤੋੜਨ ਦੀ ਮਹੰਤਾਂ ਰਾਹੀਂ ਗੁਰਦੁਆਰਿਆਂ 'ਚ ਮਹੰਤ ਬਿਠਾਤੇ ਸੀ ਲਿਆ ਕੇ ਉਹਦੇ ਖਿਲਾਫ ਲੜਾਈ ਲੜੀ ਕੌਮ ਨੇ ਗੁਰਦੁਆਰੇ ਆਜ਼ਾਦ ਕਰਵਾਏ ਫਿਰ ਦੇਸ਼ ਆਜ਼ਾਦ ਕਰਵਾਇਆ ਜਥੇਦਾਰ ਜੀ ਕਹਿੰਦੇ ਦੇਸ਼ ਆਜ਼ਾਦ ਹੋ ਗਿਆ ਪਰ ਸਿੱਖ ਆਜ਼ਾਦ ਨਹੀਂ ਹੋਏ ਮਤਲਬ ਸਿੱਖ ਭਾਰਤ 'ਚ ਗੁਲਾਮ ਹੈ ਜੇ ਆਜ਼ਾਦ ਨਹੀਂ ਹੋਇਆ ਤਾਂ ਗੁਲਾਮ ਹੈ ਇਹ ਗੱਲ ਬਹੁਤ ਵੱਡੀ ਕਹਿਤੀ ਉਹਨਾਂ ਨੇ ਜੇ ਤਾਂ ਬਖਤ ਦੀ ਤੈਸ਼ ਚਾ ਕੇ ਕਹੀ ਹੈ ਫਿਰ ਤਾਂ ਕੁਝ ਕਹਿ ਨਹੀਂ ਸਕਦੀ ਇਹ ਹੁਣ ਜਸਹਰ ਜੀ ਦੱਸਣਗੇ ਕਿ ਉਹਨਾਂ ਨੇ ਕਿੱਡੀ ਕ ਨੇਚਾ ਚੋਂ ਕਹੀ ਹੈ ਕਿੰਨਾ ਕ ਸੋਚ ਵਿਚਾਰ ਕੇ ਕਹੀ ਹੈ ਪਰ ਇਹ ਗੱਲ ਵੱਡੀ ਹੈ ਤੇ ਇਹੀ ਗੱਲ ਹੈ ਜਿਹੜੀ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਨੇ ਕਹੀ ਸੀ ਸਭ ਤੋਂ ਪਹਿਲਾਂ ਇੱਕ ਠੋਕ ਕੇ ਕਹੀ ਘੋਕ ਬਜਾ ਕੇ ਕਹੀ ਉਦੋਂ ਉਹਨਾਂ ਦੇ ਖਿਲਾਫ ਕਿੱਡਾ ਵਾਅ ਵਿੜਾ ਖੜਾ ਕੀਤਾ ਗਿਆ ਇਹ ਹੀ ਗੱਲ ਹੈ ਜਿਹਦੇ ਆਧਾਰ ਤੇ ਖਾੜਕੂ ਸੰਘਰਸ਼ ਚੱਲਿਆ ਜਿੱਥੇ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਆਪਣੀਆਂ ਚੜ੍ਹਦੇ ਸੂਰਜਾਂ ਵਰਗੀਆਂ ਜਵਾਨੀਆਂ 'ਤੇ ਕੁਰਬਾਨ ਕਰਤੀਆਂ ਸੀ ਇਹ ਹੀ ਗੱਲ ਕਿ ਸਿੱਖ ਭਾਰਤ 'ਚ ਗੁਲਾਮਣ ਤੇ ਗੁਲਾਮੀ ਸਾਨੂੰ ਮਨਜ਼ੂਰ ਨਹੀਂ ਸਾਨੂੰ ਆਜ਼ਾਦੀ ਚਾਹੀਦੀ ਹੈ ਇਹੀ ਗੱਲ ਹੈ ਜਿਹੜੀ ਕਿਸਾਨ ਅੰਦੋਲਨ ਦੌਰਾਨ ਦੀਪ ਸਿੱਧੂ ਤੇ ਉਹਦੇ ਸਾਥੀਆਂ ਨੇ ਬੜੇ ਢੱਲਲੇ ਨਾਲ ਲਿਆਂਦੀ ਸੀ ਜਿਹਦੇ ਕਰਕੇ ਉਹਦੀ ਕਿੱਡੀ ਕਰਦਾਰ ਖੁਸ਼ੀ ਤੇ ਉਹਦੇ ਖਿਲਾਫ ਕਿੱਡੀ ਜ਼ਹਿਰੀਲੀ ਤੇ ਕਟਿਆ ਮਹਿਮਬਲ ਢੀ ਗਈ ਸੀ। ਇਹੀ ਗੱਲ ਹੈ ਜਿਹੜੀ ਅੱਜ ਅਮਰਤਪਾਲ ਸਿੰਘ ਕਰ ਰਿਹਾ ਹੈ। ਹੋਰ ਇੰਨੀ ਕੀ ਗੱਲ ਹੈ ਨਾ ਵੀ ਅਸੀਂ ਗੁਲਾਮ ਆ। ਹੁਣ ਇਹ ਸੋਚਣ ਵਾਲੀ ਗੱਲ ਹੈ ਕਿ ਜਦੋਂ ਅਮਰਤਪਾਲ ਸਿੰਘ ਇਹ ਕਹਿੰਦਾ ਅਸੀਂ ਗੁਲਾਮ ਆ ਤੇ ਅਸੀਂ ਯਾਦ ਹੋਣਾ ਤਾਂ ਉਹਦੇ ਖਿਲਾਫ ਇੱਕ ਦੀ ਕਾਂਵਾਂ ਰੌਲੀ ਪੈ ਜਾਂਦੀ ਆ ਜਿਵੇਂ ਸਾਰੇ ਕਾਂ ਨਹੀਂ ਇਕੱਠੇ ਹੋ ਜਾਂਦੇ ਕਲਾਂ 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 ਕਰਨ ਲੱਗ ਜਾਂਦੇ ਸਾਰੇ ਦੇਸ਼ ਦੀ ਪ੍ਰੈਸ ਤੋਂ ਲੈ ਕੇ ਤੇ ਹੋਰ ਸਾਰੇ ਪਰ ਉਹੀ ਗੱਲ ਜਦੋਂ ਜਥੇਦਾਰ ਨੇ ਕਹਿਤੀ ਕਿਤੇ ਇੱਕ ਵੀ ਬੰਦੇ ਨੇ ਉਜਰ ਨਹੀਂ ਕੀਤਾ ਇਹ ਜਥੇਦਾਰ ਦੇ ਸੋਚਣ ਵਾਲੀ ਗੱਲ ਆ ਕਿ ਤੇਰੀ ਭਰੋਸੇਯੋਗਤਾ ਤੁਹਾਡੀ ਸੌਰੀ ਮੈਂ ਤੇਰੀ ਕਹਿ ਗਿਆ ਸੀ ਤੁਹਾਡੀ ਭਰੋਸੇਯੋਗਤਾ ਬਾਰੇ ਸੋਚੋ ਜਰਾ ਕੰਮ ਦਾ ਜਥੇਦਾਰ ਹੋਵੇ ਮੂੰਹ ਚੋਂ ਐਡੇ ਵੱਡੇ ਸ਼ਬਦ ਨਿਕਲੇ ਹੋਣ ਤੇ ਕੋਈ ਕਿਸ ਦੇ ਕੁੱਤੀ ਵੀ ਨਾ ਪੌਂਕੇ ਇਹ ਕੀ ਹੋ ਗਿਆ ਹੈ ਇਹਦੇ ਕਾਰਨ ਆਪੋ ਇਹ ਕਿਸ ਦੀ ਸ਼ਾਸ਼ ਕਰਕੇ ਨਹੀਂ ਕਿਸੇ ਦੇ ਕੂੜ ਪ੍ਰਚਾਰ ਕਰਕੇ ਨਹੀਂ ਸੋ ਇੱਕ ਤਾਂ ਉਹ ਇਹ ਗੱਲ ਕਹਿ ਗਏ ਬਹੁਤ ਵੱਡੀ ਮੇਰੇ ਮੁਤਾਬਕ ਇਕ ਉਹਨਾਂ ਨੇ ਹੋਰ ਗੱਲ ਕਹੀ ਹੈ ਕਿ ਸਰਕਾਰ ਟੁਕੜੇ ਟੁਕੜੇ ਦੋ ਟੁਕੜੇ ਕਰਤੇ ਹਰਿਆਣੇ ਚ ਸਰਕਾਰ ਨੇ ਇਹ ਜੀ ਪੀ ਸੀ ਦੇ ਤੇ ਜੇ ਸੀ ਅਜੇ ਵੀ ਨਾ ਸੰਭਲੇ ਨਾ ਜਾਗੇ ਤਾਂ ਉਹ ਇਸ ਜੀ ਪੀ ਸੀ ਦੇ ਵੀ ਟੁਕੜੇ ਕਰ ਲੰਗੇ ਦੂਜੇ ਪਾਸੇ ਕਹਿੰਦਾ ਜਿਹੜੀ ਉਹਨਾਂ ਦੀ ਅਬਦੀ ਪਾਰਲੀਮੈਂਟ ਆ ਉਹਦੀ ਅਖੰਡਤਾ ਲਈ ਉਹ ਕਿੱਥੋਂ ਤੱਕ ਵੀ ਜਾ ਸਕਦੇ ਉਹ ਬੰਦਿਆਂ ਦੀ ਬਲੀ ਲੈ ਸਕਦੇ ਮਤਲਬ ਕੋਈ ਵੀ ਉਹ ਗੁਨਾਹ ਕਰਦ ਤੱਕ ਜਾਣਗੇ ਕਿ ਇਹਦੀ ਅਖੰਡਤਾ ਤਾਂ ਅਸੀਂ ਕਾਇਮ ਰੱਖਣੀ ਰੱਖਣੀ ਹੈ ਜਥੇਦਾਰ ਜੀ ਇਹ ਬਹੁਤ ਵੱਡੀ ਗੱਲ ਤੁਸੀਂ ਕਹਿਤੀ ਹੈ ਵੈਸੇ ਇਹ ਜਿਹੜੀ ਏਕਤਾ ਤੇ ਅਖੰਡਤਾ ਨਾ ਇਹ ਪਾਰਲੀਮੈਂਟ ਦੀ ਅਖੰਡਤਾ ਦੀ ਗੱਲ ਨਹੀਂ ਇਹ ਦੇਸ਼ ਦੀ ਏਕਤਾ ਜਾਂ ਕੌਮੀ ਜਿਹਨੂੰ ਕਹਿੰਦੇ ਨੇ ਉਹ ਇਹ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਹੈ ਇਹਦੇ ਵਿੱਚੋਂ ਮਤਲਬ ਗੁਨਾ ਹੀ ਨਿਕਲਦੇ ਆ ਇਹਦੇ ਵਿੱਚੋਂ ਮਨੁੱਖੀ ਅਧਿਕਾਰਾਂ ਨੂੰ ਕੁਚਲਣ ਦੀ ਸਾਰੀ ਕਵੈਦ ਨਿਕਲਦੀ ਹੈ। ਇਹਦੇ ਵਿੱਚੋਂ ਜੈਨੋਸਾਈਡ ਦਾ ਪ੍ਰਵਾਹ ਚੱਲਦਾ ਹੈ। ਇਹ ਮਾਂ ਹੈ ਸਾਰੀ ਗੱਲ ਦੀ। ਜਿਹਦਾ ਮਤ ਤੁਸੀਂ ਇੱਥੇ ਗੁਜ਼ਾਇਸ਼ ਨਹੀਂ ਦੇਣਾ ਚਾਹੁੰਦੇ ਅਖੰਡ ਕਹਿ ਦੇਣਾ। ਇਤਿਹਾਸ ਨੂੰ ਤੋਂ ਵੀ ਸਿੱਖ ਰਹੇ ਕਿ ਪਿਛਲੇ ਸਮੇਂ ਜਿਹੜੇ ਆਪਦੇ ਆਪ ਨੂੰ ਅਖੰਡ ਸਮਝਦੇ ਸੀ ਉਹਨਾਂ ਦੇ ਕਿਵੇਂ ਟੁਕੜੇ ਹੋਏ। ਹੈਲੋ ਜਹੇਦਾਰ ਨੇ ਬਹੁਤ ਵੱਡੀ ਗੱਲ ਕਹਿਤੀ ਕਿ ਕਾਲਪੁਰ ਕੇ ਇਹਨਾਂ ਨੂੰ ਮਾਫ ਨਹੀਂ ਕਰੂਗਾ ਇਹ ਬਦ ਅਸੀਸ ਉਹਨਾਂ ਨੂੰ ਲੱਗੂਗੀ ਇਹ ਤਾਂ ਉਹਨਾਂ ਨੂੰ ਤਾਂ ਪਤਾ ਨਹੀਂ ਕਿਵੇਂ ਕਹਿਤੀ ਜਹੇਦਾਰ ਜੀ ਨੇ ਪਰ ਇੱਕੋ ਇੱਕ ਮੌਕਾ ਸਾਰੇ ਭਾਸ਼ਣ ਜਦੋਂ ਜਕਾਰਾ ਗੂੰਜਿਆ ਇਸ ਗੱਲ ਤੇ ਆ ਕੇ ਇਹ ਜਕਾਰਾ ਬਹੁਤ ਕੁਛ ਦੱਸਾਉਂਦਾ ਹੈ ਇਹਦੇ ਹਿਡਨ ਮੀਨਿੰਗ ਇਹ ਦੂਤ ਤੁਸੀਂ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੋ ਡੀਕੋਡ ਕਰੋ ਇਹਨੂੰ ਇਹ ਜਕਾਰੇ ਕੌਮ ਕੀ ਚਾਹੁੰਦੀ ਆ ਤੇ ਤੁਸੀਂ ਕਿੱਥੇ ਖੜੇ ਹੋ ਬਸ ਇੰਨੀਆਂ ਕੁਸ਼ ਵਿਚਾਰਾਂ ਸੀਗੀਆਂ ਅਫਸੋਸ ਮੈਨੂੰ ਮਾਫੀ ਮੰਗਦਾ ਕਿ ਜਿਆਦਾ ਲੰਬਾ ਹੋ ਗਿਆ ਮੈਂ ਐਡਾ ਲੰਬਾ ਸੋਚਿਆ ਨਹੀਂ ਸੀ ਕਿ 10 ਮਿੰਟ ਦੀ ਗੱਲ ਕਰਾਂਗੇ ਚਲੋ ਮਸਲੇ ਆ ਗਏ ਹਾਲ ਦੀ ਘੜੀ ਅੱਜ ਸਿਰਫ ਇਹ ਨਹੀਂ ਫੇਰ ਅੱਗੇ ਹੋਰ ਮਸਲੇ ਲੈ ਕੇ ਹਾਜ਼ਰ ਹੋਵਾਂਗੇ ਇਹ ਜਿਹੜਾ ਆਪਣਾ ਹੈਗਾ سلسلہ ਇਸ ਤਰ੍ਹਾਂ ਨਿਰੰਤਰ ਚੱਲਦਾ ਰਹੇਗਾ ਜਿੰਨਾ ਕਿ ਚਰਬੈ ਗੁਰੂ ਨੇ ਹਿੰਮਤ ਬਖਸ਼ੀ ਸਮਤ ਬਖਸ਼ੀ ਜਾਂ ਤਾਕਤ ਬਖਸ਼ੀ ਸੋ ਇੰਨੇ ਕ ਵਿਚਾਰਾਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ